ਪ੍ਰੋਗਰਾਮ ਇੰਟਰਜਨ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਆਪ ਜੀ ਦੀ ਹੋਸਟ ਰੀਨਾ ਧਾਲੀਵਾਲ, ਔਰ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਸਾਥ ਦੇਣ ਵਾਸਤੇ ਸਟੂਡੀਓ ਦੇ ਵਿੱਚ ਕਮਲ ਹਾਜ਼ਰ ਨੇ। ਕਮਲ, ਵੈਲਕਮ ਟੂ ਦਾ ਸਟੂਡੀਓ। ਥੈਂਕ ਯੂ ਸੋ ਮਚ ਰੀਨਾ, ਗਲੈਡ ਟੂ ਬੀ ਹੇਅਰ। ਥੈਂਕ ਯੂ ਕਮਲ, ਇਟਸ ਆਲਵੇਜ਼ ਅ ਪਲੇਜ਼ਰ। ਹਾਂਜੀ, ਯੂ ਨੋ ਜਦੋਂ ਆਪਾਂ ਗੱਲ ਕਰਦੇ ਹੁੰਦੇ ਹਾਂ ਹੈ ਨਾ ਆਫ ਦੀ ਏਅਰ ਟੌਪਿਕਸ ਬਾਰੇ, ਹਾਂਜੀ, ਅਤੇ ਉਦੋਂ ਵੀ ਕਈ ਵਾਰੀ ਲੱਗਦਾ ਹੁੰਦਾ ਵੀ ਕੈਮਰਾ ਔਨ ਹੀ ਹੁੰਦਾ ਤਾਂ ਵਧੀਆ ਹੋਣਾ ਸੀਗਾ, ਹੈ ਨਾ। ਅਤੇ ਸੋ ਇਸ ਟੌਪਿਕ ਵੱਲ ਜਾਣ ਤੋਂ ਪਹਿਲਾਂ ਬਰੀਫਲੀ ਅਸੀਂ ਤੁਹਾਨੂੰ ਆਪਣੇ ਬਾਰੇ ਦੱਸਣਾ ਚਾਹਾਂਗੇ। ਮੈਂ PCHS ਵਿੱਚ ਐਜ਼ ਏ ਫਰੰਟਲਾਈਨ ਵਰਕਰ ਕੰਮ ਕਰਦੀ ਹਾਂ, ਕ੍ਰਾਈਸਿਸ ਐਂਡ ਸ਼ੋਰਟ ਟਰਮ ਕਾਉਂਸਲਰ ਦੇ ਤੌਰ 'ਤੇ, ਅਤੇ ਜੋ ਨਵੇਂ ਆਏ ਲੋਕ ਨੇ ਉਹਨਾਂ ਦੀ ਹੈਲਪ ਕਰਦੇ ਹਾਂ। ਅਤੇ ਇਸੇ ਤਰ੍ਹਾਂ ਕਮਲ, ਤੁਸੀਂ ਵੀ ਆਪਣਾ ਦੱਸੋ ਥੋੜ੍ਹਾ ਜਿਹਾ ਰੋਲ, ਕਿ ਕਿਵੇਂ ਆਪਣੇ ਰੋਲ ਇੱਕ ਦੂਜੇ ਦੇ ਰੋਲ ਨੂੰ ਕੰਪਲੀਮੈਂਟ ਕਰਦੇ ਆ। ਹਾਂਜੀ ਬਿਲਕੁਲ ਰੀਨਾ, ਸੋ ਜੋ ਰੀਨਾ ਦਾ ਰੋਲ ਹੈ ਜਿਵੇਂ ਉਹਨਾਂ ਨੇ ਦੱਸਿਆ, ਉਹ ਫਰੰਟਲਾਈਨ ਵਰਕਰ ਦੇ ਤੌਰ 'ਤੇ PCHS ਨਾਲ ਜੁੜੇ ਹੋਏ ਨੇ। ਫਰੰਟਲਾਈਨ ਵਰਕਰਸ ਨਵੇਂ ਆਏ ਲੋਕਾਂ ਦੀ ਸਹਾਇਤਾ ਕਰਦੇ ਨੇ ਵੱਖੋ ਵੱਖਰੀਆਂ ਚੀਜ਼ਾਂ ਨਾਲ, ਮੈਂਟਲ ਹੈਲਥ ਇਸ਼ੂਜ਼ ਜਿਵੇਂ ਕਿ ਉਹਨਾਂ ਨੇ ਦੱਸਿਆ, ਉਹ ਕ੍ਰਾਈਸਿਸ ਅਤੇ ਸ਼ੋਰਟ ਟਰਮ ਕਾਉਂਸਲਰ ਨੇ, ਜਾਂ ਹੋਰ ਜਿਹੜੀਆਂ ਡੇਲੀ ਦੀਆਂ ਉਹਨਾਂ ਦੀਆਂ ਸੇਵਾਵਾਂ ਨੇ, ਡੇਲੀ ਦੀਆਂ ਨੀਡਸ ਨੇ ਉਹਨਾਂ ਦੇ ਵਿੱਚ, ਜੋਬ ਲੱਭਣ ਦੇ ਵਿੱਚ, ਘਰ ਲੱਭਣ ਦੇ ਵਿੱਚ, ਐਟਸੈਟਰਾ। ਸੋ ਮੇਰੀ ਜੋਬ ਦੇ ਅੰਡਰ ਮੈਂ ਫਰੰਟਲਾਈਨ ਵਰਕਰਸ ਨੂੰ ਟ੍ਰੇਨਿੰਗਸ ਫੈਸਿਲੀਟੇਟ ਕਰਦੀ ਹਾਂ ਮੈਂਟਲ ਹੈਲਥ ਦੇ ਵਿੱਚ, ਮੈਂਟਲ ਹੈਲਥ ਫਸਟ ਏਡ ਦੇ ਵਿੱਚ, ਟਰੋਮਾ ਇਨਫੋਰਮਡ ਅਪਰੋਚ ਦੇ ਵਿੱਚ, ਕਲਚਰਲ ਕੰਪੀਟੈਂਸੀ ਜੋ ਕਿ ਸਾਡਾ ਬਹੁਤ ਹੀ ਇੱਕ ਵੈਲ ਰਿਨਾਊਂਡ ਟ੍ਰੇਨਿੰਗ ਹੈਗੀ ਹੈ, ਉਹਦੇ ਵਿੱਚ ਅਸੀਂ ਫਰੰਟਲਾਈਨ ਸਟਾਫ ਨੂੰ ਟ੍ਰੇਨ ਕਰਦੇ ਹਾਂ ਤਾਂ ਕਿ ਉਹ ਕਲਚਰਲੀ ਕੰਪੀਟੈਂਟ ਤਰੀਕੇ ਦੇ ਨਾਲ ਨਿਊ ਕਮਰਸ ਦੀ ਸਹਾਇਤਾ ਕਰ ਸਕਣ। ਸੋ ਬੈਕ ਟੂ ਯੂ ਰੀਨਾ। ਥੈਂਕ ਯੂ ਕਮਲ। ਸੋ ਕਮਲ, ਜਿਸ ਤਰ੍ਹਾਂ ਆਪਣੇ ਰੋਲਸ ਜਿਹੜੇ ਨੇ ਇੱਕ ਦੂਜੇ ਦੇ ਰੋਲ ਨੂੰ ਕੰਪਲੀਮੈਂਟ ਕਰਦੇ ਆ, ਇਸੇ ਤਰ੍ਹਾਂ ਹੀ ਆਪਾਂ ਪਿਛਲੇ ਹਫ਼ਤਿਆਂ ਤੋਂ ਜਿਹੜਾ ਆਪਣਾ ਪ੍ਰੋਗਰਾਮ ਦੀ ਸੀਰੀਜ਼ ਸ਼ੁਰੂ ਕੀਤੀਆਂ ਨੇ, ਕਿ ਜਿਹੜੀਆਂ 16 ਸਾਲ ਤੋਂ ਪਹਿਲਾਂ ਬੱਚੀਆਂ ਨੂੰ ਕਿਹੜੀਆਂ ਸਕਿੱਲਸ ਦੇ ਦਿੱਤੀਆਂ ਜਾਣ ਤਾਂ ਕਿ ਉਹ ਇੱਕ ਵਧੀਆ ਇਨਸਾਨ ਬਣ ਸਕਣ, ਅਤੇ ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਦਾ ਕੈਰੈਕਟਰ ਹੈ ਉਹ ਵਧੀਆ ਅਤੇ ਸਟਰੋਂਗ ਬਣ ਸਕੇ। ਹਾਂਜੀ, ਰਾਈਟ। ਸੋ ਅਸੀਂ ਆਪਾਂ ਪਹਿਲਾਂ ਬਾਉਂਡਰੀਜ਼ 'ਤੇ ਗੱਲ ਕੀਤੀ ਸੀਗੀ, ਰਿਲੇਸ਼ਨਸ਼ਿਪ ਬਿਲਡਿੰਗ 'ਤੇ ਗੱਲ ਕੀਤੀ, ਫਿਰ ਆਪਾਂ ਐਕਡੈਮਿਕਸ 'ਤੇ ਗੱਲ ਕੀਤੀ, ਔਰ ਨਾਲ ਬਾਡੀ ਇਮੇਜ 'ਤੇ, ਰਾਈਟ। ਅਤੇ ਨਾਲੇ ਇਹ ਕਿਵੇਂ ਸਾਰੀਆਂ ਸਕਿੱਲਸ ਜਿਹੜੀਆਂ ਨੇ ਹੈਂਡ ਇਨ ਹੈਂਡ ਨੇ, ਇੰਟਰਕਨੈਕਟਡ ਹੈਗੀਆਂ ਨੇ, ਅਤੇ ਕਿਵੇਂ ਹੁਣ ਜਿਹੜੀਆਂ ਅਸੀਂ ਅਗਲੀਆਂ ਦੋ ਸਕਿੱਲਸ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਵੀ ਸਾਰੀਆਂ ਇੱਕ ਦੂਸਰੇ ਦੇ ਨਾਲ ਇੰਟਰਕਨੈਕਟਡ ਹੈਗੀਆਂ ਨੇ। ਸੋ ਅਸੀਂ ਸ਼ੁਰੂ ਕਰਦੇ ਹਾਂ ਅੱਜ ਸੈਲਫ ਐਸਟੀਮ ਅਤੇ ਸੈਲਫ ਕੌਨਫੀਡੈਂਸ ਦੇ ਬਾਰੇ ਗੱਲ ਕਰਨਾ, ਕਿ ਕੁੜੀਆਂ ਦੇ ਵਿੱਚ ਜਾਂ ਈਵਨ ਮੁੰਡਿਆਂ ਦੇ ਵਿੱਚ, ਛੋਟੇ ਬੱਚਿਆਂ ਦੇ ਵਿੱਚ ਜਿਹੜੀ ਸੈਲਫ ਐਸਟੀਮ ਆ ਜਾਂ ਸੈਲਫ ਕੌਨਫੀਡੈਂਸ ਆ ਕਿਵੇਂ ਪੈਦਾ ਕੀਤਾ ਜਾ ਸਕਦਾ। ਹਾਂਜੀ, ਅਤੇ ਲੇਕਿਨ ਉਹ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇਹ ਸਮਝਣਾ ਸਾਨੂੰ ਜ਼ਰੂਰੀ ਹੋਏਗਾ ਕਿ ਇਹਨਾਂ ਦੋਨਾਂ 'ਚ ਫਰਕ ਕੀ ਹੈ। ਹਾਂਜੀ, ਰਾਈਟ, ਬਿਲਕੁਲ। ਸੋ ਕਮਲ, ਤੁਸੀਂ ਤੁਹਾਡੇ ਐਕਸਪੀਰੀਅੰਸ ਦੇ ਵਿੱਚ ਤੁਸੀਂ ਕੀ ਕਹੋਗੇ ਕਿ ਇਹ ਕੀ ਫਰਕ ਹੈ ਸੈਲਫ ਐਸਟੀਮ ਐਂਡ ਸੈਲਫ ਕੌਨਫੀਡੈਂਸ ਵਿੱਚ? ਹਾਂਜੀ, ਮੈਂ ਇੱਕ ਐਗਜ਼ਾਮਪਲ ਤੋਂ ਮਤਲਬ ਸ਼ੁਰੂ ਕਰਨਾ ਚਾਹਾਂਗੀ ਕਿ ਜਦੋਂ ਮੈਂ ਗਰੋਇੰਗ ਅਪ ਸੀਗੀ, ਆਈ ਵਾਜ਼ ਅ ਵੈਰੀ ਕੌਨਫੀਡੈਂਟ ਚਾਈਲਡ, ਬਟ ਨੋਟ ਫਰੋਮ ਦਾ ਬਿਗਿਨਿੰਗ। ਸ਼ੁਰੂ ਸ਼ੁਰੂ 'ਚ ਜਿਵੇਂ ਕਈ ਜਦੋਂ ਆਪਾਂ ਛੋਟੇ ਹੁੰਦੇ ਹਾਂ, ਰਾਈਟ, ਆਪਾਂ ਨੂੰ ਇੰਨੀ ਸਮਝ ਨਹੀਂ ਹੁੰਦੀ, ਕਈ ਬੱਚੇ ਇੰਟਰੋਵਰਟ ਹੁੰਦੇ ਆ, ਰਾਈਟ, ਉਹ ਖੁੱਲ੍ਹਣ 'ਚ
ਥੋੜ੍ਹਾ ਟਾਈਮ ਲਾਉਂਦੇ ਆ। ਸੋ ਆਈ ਵੁੱਡ ਸੇ ਥਰਡ ਫੋਰਥ ਤੱਕ ਮੈਂ ਉਵੇਂ ਸੀ, ਫਿਰ ਬਾਅਦ 'ਚ ਪਰਸਨੈਲਿਟੀ ਚੇਂਜ ਜਿਵੇਂ ਹੋ ਜਾਂਦੀ ਆ, ਵੀ ਬਿਕਮ ਮੋਰ ਕੋਨਫੀਡੈਂਟ। ਉਦੋਂ ਤੱਕ ਓਨੈਸਟਲੀ ਬੱਚਿਆਂ ਨੂੰ ਇੰਨਾ ਕੋਨਸੈਪਟਸ ਦਾ ਨਹੀਂ ਪਤਾ ਹੁੰਦਾ, ਉਹਨਾਂ ਨੂੰ ਸਿਰਫ ਆਈ ਥਿੰਕ ਦੋ ਚੀਜ਼ਾਂ ਪਤਾ ਹੁੰਦੀਆਂ ਨੇ, ਮੈਂ ਆਹ ਕਰ ਸਕਦਾ ਜਾਂ ਕਰ ਸਕਦੀ ਹਾਂ, ਮੈਂ ਆਹ ਨਹੀਂ ਕਰ ਸਕਦਾ ਜਾਂ ਮੈਂ ਨਹੀਂ ਕਰ ਸਕਦੀ। ਰਾਈਟ, ਅਤੇ ਉਹਦੇ ਅਰਾਊਂਡ ਹੀ ਉਹਨਾਂ ਦੀ ਸਾਰੀ ਜਿਹੜੀ ਇਮੇਜ ਆਪਣੇ ਮਾਇੰਡ 'ਚ ਬਣਦੀ ਆ, ਉਹਦੇ ਅਰਾਊਂਡ ਰਿਵੋਲਵ ਕਰਦੀ ਹੈ। ਰਾਈਟ, ਕਿ ਜਿਵੇਂ ਫੋਰ ਐਗਜ਼ਾਮਪਲ ਕਿ ਮੈਂ ਸਟੇਜ 'ਤੇ ਜਾ ਕੇ ਆ ਪੋਮ ਬੋਲ ਸਕਦੀ ਹਾਂ, ਕਿ ਮੈਂ ਟੀਚਰ ਦੇ ਨਾਲ ਗੱਲ ਕਰ ਸਕਦੀ ਹਾਂ, ਕਿ ਮੈਂ ਆਪਣੀ ਕਲਾਸ 'ਚ ਜਿਹੜੇ ਕਲਾਸਮੇਟਸ ਨੇ ਉਹਨਾਂ ਤੋਂ ਕੋਈ ਕੁਐਸਚਨ ਪੁੱਛ ਸਕਦੀ ਹਾਂ, ਜਾਂ ਫੋਰ ਦੈਟ ਮੈਟਰ ਟੀਚਰ ਤੋਂ ਵੀ। ਰਾਈਟ, ਸੋ ਕੀ ਕਰ ਸਕਦੇ ਹਾਂ, ਦਾ ਅਬਿਲਿਟੀ ਟੂ ਡੂ ਸਮਥਿੰਗ ਡਿਟਰਮਿਨਸ ਕਿ ਆਪਣੀ ਸੈਲਫ ਇਸਟੀਮ ਅਤੇ ਸੈਲਫ ਕੋਨਫੀਡੈਂਸ ਕਿੱਥੇ ਨੇ ਐਜ਼ ਅ ਕਿਡ। ਰਾਈਟ, ਹੁਣ ਆਪਾਂ ਜਦੋਂ ਵੱਡੇ ਹੋਏ, ਜਿਵੇਂ ਕਿ ਆਪਾਂ ਦੋਵੇਂ ਡਿਸਕਸ ਕਰ ਰਹੇ ਸੀਗੇ ਕਿ ਸੈਲਫ ਇਸਟੀਮ ਅਤੇ ਸੈਲਫ ਕੋਨਫੀਡੈਂਸ ਆਰ ਨੋਟ ਦ ਸੇਮ। ਰਾਈਟ, ਇਹਨਾਂ 'ਚ ਫਰਕ ਹੈ, ਅਤੇ ਇਹਨਾਂ 'ਚ ਕੀ ਫਰਕ ਹੈ ਉਹ ਜਾਣਨ ਤੋਂ ਪਹਿਲਾਂ, ਇਹ ਕੀ ਹੁੰਦੀਆਂ ਨੇ ਉਹ ਗੱਲ ਕਰਨਾ ਇੰਪੋਰਟੈਂਟ। ਸੋ ਪਹਿਲਾਂ ਸੈਲਫ ਕੋਨਫੀਡੈਂਸ ਦੀ ਜੇ ਆਪਾਂ ਗੱਲ ਕਰੀਏ, ਸੈਲਫ ਕੋਨਫੀਡੈਂਸ ਇਜ਼ ਦ ਅਬਿਲਿਟੀ ਟੂ, ਅਕੋਰਡਿੰਗ ਟੂ ਮੀ ਇਨ ਮਾਈ ਪਰਸਨਲ ਓਪੀਨੀਅਨ, ਟੂ ਐਕਸਪ੍ਰੈਸ ਮਾਈ ਸੈਲਫ ਫਰੀਲੀ। ਮੈਂ ਬਾਹਰ ਜਾ ਕੇ ਚਾਰ ਲੋਕਾਂ ਨਾਲ ਗੱਲ ਕਰ ਸਕਾਂ, ਆਪਣਾ ਓਪੀਨੀਅਨ ਰੱਖ ਸਕਾਂ, ਜੋ ਮੈਂ ਕਹਿਣਾ ਚਾਹੁੰਦੀ ਹਾਂ ਉਹ ਮੈਂ ਕਹਿ ਸਕਾਂ, ਜਿਵੇਂ ਮੈਂ ਆਪਣੇ ਆਪ ਨੂੰ ਪੋਰਟਰੇ ਕਰਨਾ ਚਾਹੁੰਦੀ ਹਾਂ, ਐਂਡ ਦੈਟ ਰਿਫਲੈਕਟਸ ਇਨ ਐਵਰੀ ਏਰੀਆ ਆਫ ਮਾਈ ਲਾਈਫ। ਰਾਈਟ, ਇਕੱਲਾ ਇੰਟਰੈਕਸ਼ਨ 'ਚ ਨਹੀਂ, ਮੇ ਬੀ ਵਟ ਆਈ ਵੇਅਰ, ਮੇ ਬੀ ਵਟ ਆਈ ਵਾਂਟ ਟੂ ਰਾਈਟ, ਮੇ ਬੀ ਵਟ ਆਈ ਵਾਂਟ ਟੂ ਸਟੱਡੀ, ਮੇਰੇ 'ਚੋਂ ਇੱਕ ਸੈਲਫ ਕੋਨਫੀਡੈਂਸ ਹੈਗਾ ਚੀਜ਼ਾਂ ਕਰਨ ਦਾ। ਰਾਈਟ, ਹੁਣ ਇਹ ਹੈਗੀ ਹੈ ਇੱਕ ਐਕਸਟਰਨਲ ਚੀਜ਼। ਰਾਈਟ, ਸੈਲਫ ਕੋਨਫੀਡੈਂਸ ਲਿਆਉਣਾ ਤਾਂ ਅੰਦਰੋਂ ਪੈਂਦਾ, ਬਟ ਆਈ ਐਮ ਟਾਕਿੰਗ ਅਬਾਊਟ ਜਦੋਂ ਆਪਾਂ ਦੁਨੀਆ 'ਚ ਵਿਚਰਦੇ ਹਾਂ ਅਤੇ ਉਦੋਂ ਆਪਾਂ ਇਸ ਚੀਜ਼ ਨੂੰ, ਇਸ ਕੁਆਲਿਟੀ ਨੂੰ ਯੂਜ਼ ਕਰਦੇ ਹਾਂ। ਰਾਈਟ, ਅਤੇ ਸੈਲਫ ਇਸਟੀਮ ਹੈ ਜਿਹੜੀ, ਉਹਦੇ ਲਈ ਮੈਂ ਆਈ ਵਿਲ ਲੈਟ ਯੂ ਟੇਕ ਦੈਟ, ਫਿਰ ਆਪਾਂ ਦੋਵੇਂ ਇਹਦੀ ਕੰਪੈਰੀਜ਼ਨ ਕਰਾਂਗੇ। ਹਾਂਜੀ, ਸੋ ਬੇਸਿਕਲੀ ਸੈਲਫ ਇਸਟੀਮ ਜਿਹੜੀ ਹੈ ਕਮਲ, ਉਹ ਆਪੋਜ਼ਿਟ ਹੈਗਾ ਕਿ ਇਟਸ ਇਨ ਟਰਮਸ ਕਿ ਇਟਸ ਇੰਟਰਨਲ। ਰਾਈਟ, ਕਿ ਜਿਹੜੀ ਸੈਲਫ ਇਸਟੀਮ ਹੈ ਉਹ ਤੁਸੀਂ ਇੰਟਰਨਲੀ ਕਿਵੇਂ ਮਹਿਸੂਸ ਕਰਦੇ ਹੋ। ਹਾਂਜੀ, ਰਾਈਟ, ਅਤੇ ਉਹ ਤੁਸੀਂ ਆਪਣੇ ਆਪ ਬਾਰੇ ਤੁਹਾਡੀਆਂ ਉਹ ਫੀਲਿੰਗਸ ਕਿਹੋ ਜਿਹੀਆਂ ਹੈਗੀਆਂ, ਕੀ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਕਰਦੇ ਹੋ, ਕੀ ਤੁਸੀਂ ਯਕੀਨ ਰੱਖਦੇ ਹੋ ਆਪਣੇ ਆਪ 'ਤੇ। ਸੋ ਜਿਹੜੇ ਕੁਐਸਚਨ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਸੀਗੇ ਕਿ ਕੀ ਮੈਂ ਆਹ ਕਰ ਸਕਦੀ ਹਾਂ, ਕੀ ਮੈਂ ਨਹੀਂ ਕਰ ਸਕਦੀ, ਉਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਰਾਈਟ, ਉਹ ਬੱਚੇ ਦੇ ਐਕਚੁਅਲੀ ਜਦੋਂ ਬੱਚਾ ਛੋਟਾ ਹੁੰਦਾ ਆ, ਆਲਦੋ ਉਹਨਾਂ ਨੂੰ ਇਹ ਕਨਸੈਪਟ ਨਹੀਂ ਪਤਾ ਹੁੰਦੇ, ਪਰ ਡਿਵੈਲਪ ਉਦੋਂ ਤੋਂ ਹੀ ਹੁੰਦੀਆਂ ਨੇ। ਬਿਲਕੁਲ, ਰਾਈਟ, ਆਪਣੇ ਆਪ ਵਿੱਚ ਵਿਸ਼ਵਾਸ ਪੈਦਾ ਹੋਣਾ ਕਿ ਮੈਂ ਇਹ ਕੰਮ ਕਰ ਸਕਦਾ ਹਾਂ, ਉਹ ਡਿਵੈਲਪ ਛੋਟੀ ਉਮਰ ਤੋਂ ਹੀ ਹੁੰਦਾ। ਹਾਂਜੀ, ਲੇਕਿਨ ਉਹ ਡਿਵੈਲਪ ਉਦੋਂ ਹੁੰਦਾ ਜਦੋਂ ਬੱਚੇ ਨੂੰ ਗਲਤੀਆਂ ਕਰਨ ਦੀ, ਇੱਕ ਤਾਂ ਗਲਤੀਆਂ ਕਰਨ ਦੀ ਆਜ਼ਾਦੀ ਹੋਵੇ, ਅਤੇ ਦੂਸਰਾ ਉਹਨੂੰ ਕ੍ਰਿਟੀਸਾਈਜ਼ ਨਾ ਹਰ ਵਕਤ ਕੀਤਾ ਜਾਵੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਵੱਲੋਂ। ਐਬਸੋਲਿਊਟਲੀ, ਤੇ ਇੱਥੇ ਆਪਾਂ ਜਦੋਂ ਸੈਲਫ ਇਸਟੀਮ ਦੀ ਗੱਲ ਕਰਦੇ ਹਾਂ, ਰਾਈਟ, ਇਹ ਔਰ ਸੈਲਫ ਕੋਨਫੀਡੈਂਸ ਆਲਦੋ ਹੈਂਡ ਇਨ ਹੈਂਡ ਜਾਂਦੇ ਆ, ਪਰ ਕਿਸੇ ਬੱਚੇ ਦੇ ਵਿੱਚ ਸੈਲਫ ਇਸਟੀਮ ਜਿਹੜੀ ਹੈਗੀ ਆ ਉਹ ਜਮਾਂ ਹੀ ਨਹੀਂ ਕਿਤੇ ਹੋ ਸਕਦੀ, ਲੇਕਿਨ ਕੋਨਫੀਡੈਂਸ ਜਿਹੜਾ ਹੈਗਾ ਉਹ ਇੰਜ ਲੱਗ ਸਕਦਾ, ਉਹ ਪੋਰਟਰੇ ਇੰਜ ਹੁੰਦਾ ਕਿ ਉਹਦੇ ਵਿੱਚ ਬਹੁਤ ਕੋਨਫੀਡੈਂਸ ਹੈ। ਹਾਂਜੀ, ਰਾਈਟ, ਬਿਲਕੁਲ। ਸੋ ਇਹਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਇਹਨਾਂ ਦੋਨਾਂ 'ਚ ਫਰਕ ਜਾਣਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਹਾਂਜੀ, ਸੋ ਜਿਵੇਂ ਸੈਲਫ ਇਸਟੀਮ ਜਦੋਂ ਜੇ ਬੱਚਾ ਛੋਟਾ ਜਦੋਂ, ਰਾਈਟ, ਉਹਦੇ ਕਨਸੈਪਟ ਜਿਹੜੇ ਨੇ, ਜਿੱਦਾਂ ਆਪਾਂ ਕਹਿ ਲਓ ਇਹ ਬਿਲਡਿੰਗ ਬਲੋਕਸ ਨੇ ਜਦੋਂ ਬਣਦੇ ਹੈਗੇ ਨੇ, ਰਾਈਟ, ਕਿ ਜਦੋਂ ਬੱਚਾ
ਮੰਨ ਲਓ ਕੁਛ ਕੋਈ ਕੰਮ ਕਰਨ ਲੱਗਿਆ ਘਰ ਦੇ ਵਿੱਚ ਜਦੋਂ, ਜਾਂ ਆਪਾਂ ਛੋਟੇ ਛੋਟੇ ਆਪਣੇ ਖਾਸ ਕਰਕੇ ਸਾਊਥ ਏਸ਼ੀਅਨ ਕਲਚਰ ਦੇ ਵਿੱਚ ਤਾਂ ਆਪਾਂ ਬੱਚਿਆਂ ਨੂੰ ਕੁਛ ਕਰਨ ਹੀ ਨਹੀਂ ਦਿੰਦੇ। ਹਾਂਜੀ, ਵੀ ਇਹ ਡੋਲ ਦਊਗਾ ਜਾਂ ਚੀਜ਼ ਖਰਾਬ ਕਰ ਦਊਗਾ। ਆਪਾਂ ਉਸ ਚੱਕਰ ਦੇ ਵਿੱਚ ਬੱਚੇ ਨੂੰ ਆਪ ਉਹ ਪਾਣੀ ਵੀ ਨਹੀਂ ਪਾ ਸਕਦਾ, ਦੁੱਧ ਚਾਹ ਅਤੇ ਜਾਂ ਵੀ ਜਿੱਦਾਂ ਕਿਸੇ ਜੂਸ ਪਾ ਲਿਆ ਜਾਂ ਇਹੋ ਜਿਹੀਆਂ ਚੀਜ਼ਾਂ ਕਰ ਲਈਆਂ, ਰਾਈਟ, ਜਾਂ ਜਾਂ ਉਹ ਆਪ ਖਾਂਦਾ ਨਹੀਂ ਹੈ, ਆਪਾਂ ਉਹਨੂੰ ਖਵਾਉਂਦੇ ਹਾਂ ਵੀ ਇਹ ਗੰਦੇ ਹੋ ਜੂਗੇ ਕੱਪੜੇ, ਰਾਈਟ। ਸੋ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਨਾ, ਜਾਂ ਫਿਰ ਜੇ ਬੱਚਾ ਕੁਛ ਕਰਦਾ ਅਤੇ ਉਹਨੇ ਗਲਤ ਕਰ ਦਿੱਤਾ, ਜਾਂ ਜੇ ਉਹਨੇ ਪਾਉਣ ਦਾ ਜੇ ਕਿਸੇ ਪੇਰੈਂਟ ਨੇ ਵੀ ਨਾ ਵਰਜਿਆ ਉਹਨੂੰ ਪਾਉਣ ਤੋਂ ਅਤੇ ਉਹਨੇ ਦੁੱਧ ਡੋਲ ਦਿੱਤਾ ਜਾਂ ਕੁਛ ਕਰ ਦਿੱਤਾ ਇਹੋ ਜਿਹਾ, ਹੈ ਨਾ, ਸਬਜ਼ੀ ਪਾਈ, ਖਿਲਰ ਗਿਆ ਸਮਾਨ, ਈਵਨ ਆਰਟਸ ਐਂਡ ਕਰਾਫਟ ਕਰਦਿਆਂ ਵੀ ਆਪਾਂ ਸਫਾਈ 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 ਕਰਦੇ ਰਹਿੰਦੇ ਹਾਂ, ਬਿਲਕੁਲ। ਸੋ ਜਦੋਂ ਬੱਚੇ ਨੂੰ ਉਹਨਾਂ ਚੀਜ਼ਾਂ ਦੇ ਵਿੱਚ, ਜਦੋਂ ਆਪਣੀਆਂ ਨੈਚੁਰਲ ਜੋ ਵੀ ਕਰਦਾ ਆ, ਖੇਡਦਾ ਆ, ਟੱਪਦਾ ਆ, ਦੌੜਦਾ ਆ, ਉੱਛਲਦਾ ਕੁੱਦਲਦਾ, ਆਪਾਂ ਉਹਨਾਂ ਨੂੰ ਹਰ ਵੇਲੇ ਕਹਿੰਦੇ ਤੇਰੇ ਸੱਟ ਨਾ ਲੱਗ ਜੇ, ਇੱਧਰ ਬਹਿ ਜਾ ਚੁੱਪ ਕਰਕੇ, ਰਹਿਣ ਦੇ ਤੂੰ ਮੈਂ ਕਰ ਲਊਂਗੀ, ਲੈ ਤੂੰ, ਆਪਾਂ ਕਹਿੰਦੇ, ਪੇਰੈਂਟਸ ਕਹਿੰਦੇ ਤਾਂ ਗੁੱਡ ਇੰਟੈਂਸ਼ਨ ਨਾਲ ਆ ਕਿ ਇਹ ਸੱਟ ਨਾ ਲੱਗ ਜਾ, ਲੇਕਿਨ ਉਸ ਪ੍ਰੋਸੈਸ ਦੇ ਵਿੱਚ ਬੱਚਾ ਕੁਛ ਵੀ ਨਹੀਂ, ਉਹਨੂੰ ਇੰਝ ਲੱਗਣ ਲੱਗ ਜਾਂਦਾ ਮੈਂ ਕੁਛ ਵੀ ਨਹੀਂ ਕਰਦਾ ਜਾਂ ਕਰ ਸਕਦਾ ਜਾਂ ਕਰ ਸਕਦੀ, ਬਿਲਕੁਲ। ਉਹ ਚੀਜ਼ਾਂ ਜਿਹੜੀਆਂ, ਜਿੱਦਾਂ ਹੁਣ ਤੁਸੀਂ ਪਰਸਨੈਲਿਟੀ ਦੀ ਗੱਲ ਕੀਤੀ, ਕਿਸੇ ਦੀ ਇੰਟਰੋਵਰਟ ਹੋ ਜਾਂਦੀ ਆ, ਕੋਈ ਐਕਸਟ੍ਰੋਵਰਟ ਹੋ ਜਾਂਦਾ, ਰਾਈਟ, ਕਈ ਵਾਰੀ ਬੱਚੇ ਫਿਰ ਘਰ ਪੇਰੈਂਟ ਦੇ ਸਾਹਮਣੇ ਕੁਛ ਨਹੀਂ ਕਰਦੇ, ਬਿਲਕੁਲ, ਉਹੀ ਬੱਚੇ ਫਿਰ ਜਦੋਂ ਬਾਹਰ ਜਾਂਦੇ ਆ, ਰਾਈਟ, ਅਤੇ ਫਿਰ ਉਹ ਇੰਨਾ ਟੱਪਦੇ ਆ, ਇੰਨਾ ਉੱਛਲਦੇ ਆ, ਕੁੱਦਦੇ ਆ, ਜੋ ਮਰਜ਼ੀ ਉਹਨਾਂ ਨੂੰ ਖਾਸ ਕਰਕੇ ਸਕੂਲਾਂ ਦੇ ਵਿੱਚ ਆਪਾਂ ਆਮ ਜਿੱਦਾਂ ਐਗਜ਼ਾਮਪਲ ਸੁਣਦੇ ਹਾਂ, ਹਾਂਜੀ, ਰਾਈਟ, ਵੀ ਬੱਚੇ ਵੀ ਇਹ ਮੇਰਾ ਹੀ ਬੱਚਾ ਜਿਹੜਾ ਨਹੀਂ ਪੈਂਦਾ, ਹਾਂ ਬਿਲਕੁਲ, ਕਿਉਂ ਉੱਥੇ ਉਹਨਾਂ ਨੂੰ ਰੂਲਸ ਦੇ ਨਾਲ ਆਜ਼ਾਦੀ ਦਿੱਤੀ ਜਾਂਦੀ ਹੈ ਕਿ ਤੁਸੀਂ ਕੀ ਕਰ ਸਕਦੇ ਆ, ਕੀ ਨਹੀਂ ਕਰ ਸਕਦੇ, ਅਤੇ ਜੇ ਤੁਸੀਂ ਡਿੱਗ ਗਏ ਤਾਂ ਉਹਦਾ ਨਤੀਜਾ ਕੀ ਹੈ, ਉਹ ਨਾਲ ਕੋਨਸੀਕੁਐਂਸਿਸ ਜਿਹੜੇ ਨੇ ਉਹ ਸੇਫ ਇਹੋ ਜਿਹੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਜਿਹਦੇ ਨਾਲ ਬੱਚੇ ਦਾ ਕੋਨਫੀਡੈਂਸ ਵੀ ਵਧੇ, ਬਿਲਕੁਲ। ਅਤੇ ਜਿਹੜਾ ਕੋਨਫੀਡੈਂਸ ਹੈਗਾ ਆ, ਜਿੱਦਾਂ ਹੁਣ ਜੇ ਫੋਰ ਐਗਜ਼ਾਮਪਲ ਖਾਸ ਕਰਕੇ ਜਿਹੜੇ ਪ੍ਰੋਫੈਸ਼ਨਲ ਇਹ ਚੀਜ਼ਾਂ ਜਿਹੜੀਆਂ ਵੱਡਿਆਂ ਦੇ ਹੋ ਕੇ ਟ੍ਰਾਂਸਫਰ ਹੁੰਦੀਆਂ, ਹਾਂਜੀ, ਅਤੇ ਇਹਨਾਂ ਨੂੰ ਸੋਫਟ ਸਕਿੱਲਸ ਕਿਹਾ ਜਾਂਦਾ, ਬਿਲਕੁਲ। ਅੱਜ ਆਪਾਂ ਕਸਟਮਰ ਸਰਵਿਸ ਦੀ ਗੱਲ ਕਰਦੇ ਸੀਗੇ, ਹਾਂਜੀ, ਰਾਈਟ। ਸੋ ਇਹ ਜਿਹੜੀਆਂ ਸਕਿੱਲਸ ਨੇ ਇਹ ਫਿਰ ਜਦੋਂ ਟ੍ਰਾਂਸਫਰ ਨਹੀਂ ਨਾ ਹੁੰਦੀਆਂ, ਜਦੋਂ ਬਚਪਨਾ ਵਧੀਆ ਨਾ ਗੁਜ਼ਰਿਆ ਹੋਵੇ, ਬਿਲਕੁਲ, ਉਦੋਂ ਇਹ ਸਕਿੱਲਸ ਜਿਹੜੀਆਂ ਨੇ ਟ੍ਰਾਂਸਫਰ ਨਹੀਂ ਹੁੰਦੀਆਂ। ਐਬਸੋਲਿਊਟਲੀ, ਜਿਹੜੀ ਆ ਗੱਲ ਤੁਸੀਂ ਕਹੀ ਹੈ, ਆਈ ਥਿੰਕ ਇਹ ਇੰਨੀ ਵਧੀਆ ਤਰ੍ਹਾਂ ਤੁਸੀਂ ਸਮ ਅਪ ਕੀਤੀ ਹੈ ਕਿ ਪੇਰੈਂਟਲ ਰੋਲ ਕੀ ਹੈ ਬੱਚਿਆਂ ਨੂੰ ਐਕਸਪੈਰੀਮੈਂਟ ਕਰਨ ਦੇਣ ਦੇ ਲਈ। ਜੇ ਹੁਣ ਇੱਕ ਬੱਚਾ ਫੋਰ ਐਗਜ਼ਾਮਪਲ ਵੱਡੇ ਹੋ ਕੇ ਐਥਲੀਟ ਬਣਨਾ ਚਾਹੁੰਦਾ, ਪਰ ਜੇ ਆਪਾਂ ਉਹਨੂੰ ਹਾਈ ਜੰਪ ਜਾਂ ਲੌਂਗ ਜੰਪ ਦੀ ਪ੍ਰੈਕਟਿਸ ਨਹੀਂ ਕਰਨ ਦੇਵਾਂਗੇ ਇਸ ਡਰ ਤੋਂ ਕਿ ਹਾਏ ਦੇਖੀ ਤੂੰ ਡਿੱਗ ਨਾ ਜਾਏ, ਤੇਰੇ ਮੋਚ ਨਾ ਆ ਜਾਏ, ਤੇਰੇ ਸੱਟ ਨਾ ਲੱਗ ਜਾਏ, ਤੂੰ ਬੈੱਡ ਤੋਂ ਜੰਪ ਨਾ ਮਾਰ, ਰਾਈਟ, ਵੀ ਨੋ ਇਟਸ ਕਮਿੰਗ ਫਰੋਮ ਅ ਗੁੱਡ ਪਲੇਸ, ਲਾਈਕ ਕੰਸਰਨ ਹੈ, ਪਰ ਜਦੋਂ ਤੱਕ ਉਹ ਆਪਣੇ ਆਪ ਨੂੰ ਟੈਸਟ ਨਹੀਂ ਕਰੂਗਾ, ਆਪਾਂ ਨੂੰ ਉਹਦੀਆਂ ਅਬਿਲਿਟੀਜ਼ ਬਾਰੇ ਕਿਵੇਂ ਪਤਾ ਲੱਗੂਗਾ, ਰਾਈਟ। ਸੋ ਇਹ ਜਿਹੜੀ ਕੋਨਸਟੈਂਟ ਕ੍ਰਿਟੀਸਿਜ਼ਮ ਐਂਡ ਕ੍ਰਿਟੀਕਿੰਗ ਹੈ ਕਿ ਨੰਨਾ ਪਾਉਣਾ ਹਰ ਚੀਜ਼ 'ਤੇ, ਨਾ ਨਾ ਨਾ, ਇਹ ਉਹਨਾਂ ਨੂੰ ਕਿਤੇ ਹੋਲਡ ਬੈਕ ਕਰਦਾ ਐਂਡ ਦਿਸ ਇੰਪੈਕਟਸ ਦੇਅਰ ਸੈਲਫ ਇਸਟੀਮ ਐਂਡ ਸੈਲਫ ਕੋਨਫੀਡੈਂਸ, ਇਹ ਦੋਵੇਂ ਚੀਜ਼ਾਂ ਨੂੰ ਇੰਪੈਕਟ ਕਰਦਾ। ਇਹ ਕਈ ਵਾਰੀ ਨਾ ਇੱਦਾਂ ਵੀ ਹੁੰਦਾ ਹੈ ਕਮਲ, ਕਿ ਜਿੱਦਾਂ ਜਦੋਂ ਬੱਚੇ ਨੂੰ
ਕਈ ਬੱਚਿਆਂ ਦੇ ਵਿੱਚ ਜਿਹੜੇ ਐਕਸਟ੍ਰੋਵਰਟ ਹੁੰਦੇ ਨੇ, ਹਾਂਜੀ, ਉਹਨਾਂ ਨੂੰ ਹੁੰਦਾ ਵੀ ਅਸੀਂ ਕੁਛ ਕਰੀਏ, ਰਾਈਟ, ਫਿਰ ਉਹ ਬੱਚੇ ਬਾਹਰ ਜਾ ਕੇ ਬਹੁਤ ਕੁਛ ਕਰ ਸਕਦੇ ਆ, ਰਾਈਟ। ਇੱਕ ਐਥਲੀਟ ਬਾਹਰ ਬਹੁਤ ਵਧੀਆ ਐਥਲੀਟ ਹੋ ਸਕਦਾ, ਲੇਕਿਨ ਉਹਦੀ ਸੈਲਫ ਇਸਟੀਮ ਬਹੁਤ ਲੋ ਹੋ ਸਕਦੀ, ਬਿਲਕੁਲ, ਰਾਈਟ, ਹਾਂਜੀ। ਕਿਉਂ? ਜਦੋਂ ਉੱਥੇ ਉਹ ਐਥਲੀਟ ਹੈ, ਜਦੋਂ ਉਹ ਕੋਈ ਸਪੋਰਟਸ ਖੇਡ ਰਿਹਾ ਹੈਗਾ ਆ, ਰਾਈਟ, ਤੇ ਉਹਨੂੰ ਬੜਾ ਉਹਦੇ 'ਚ ਉਹ ਖੁੱਲ੍ਹਾ ਆਪਣਾ ਜੋ ਵੀ ਉਹਨੂੰ ਜਿੱਦਾਂ ਉਹਨੂੰ, ਕਿਉਂਕਿ ਰਿਸਕ ਟੇਕਿੰਗ ਉਹਨੂੰ ਸਿਖਾਇਆ ਜਾਂਦਾ, ਹਾਂਜੀ, ਰਾਈਟ, ਤੇ ਉਹ ਉੱਥੇ ਸਫਲ ਹੋਏਗਾ। ਲੇਕਿਨ ਉਹੀ ਬੱਚਾ ਜਦੋਂ ਘਰ ਆ ਜਾਂਦਾ, ਰਾਈਟ, ਕਿਉਂਕਿ ਆਪਾਂ ਬੱਚੇ ਨੂੰ ਬੋਲਣ ਨਹੀਂ ਦਿੰਦੇ, ਗੱਲ ਨਹੀਂ ਕਰਨ ਦਿੰਦੇ, ਕਿਉਂਕਿ ਆਪਣੇ ਕੋਲ, ਪੇਰੈਂਟਸ ਦੇ ਕੋਲ ਕਈ ਵਾਰੀ ਸਕਿੱਲਸ ਨਹੀਂ ਹੁੰਦੀਆਂ, ਰਾਈਟ, ਤੇ ਬੱਚੇ ਨੂੰ ਉੱਥੇ ਠੱਪ ਕਰ ਦਿੱਤਾ ਜਾਂਦਾ, ਹਾਂਜੀ, ਰਾਈਟ। ਉਹਦੇ ਵਿੱਚ ਫਿਰ ਉਹਦੀ ਜਿਹੜੀ ਸੈਲਫ ਇਸਟੀਮ ਹੈ ਉਹ ਨਹੀਂ ਬਣੇਗੀ, ਬਿਲਕੁਲ, ਰਾਈਟ, ਹਾਂਜੀ। ਈਵਨ ਹੁਣ ਕਈ ਵਾਰ ਜਿੱਦਾਂ ਪੇਰੈਂਟਸ ਤੋਂ ਜ਼ਿਆਦਾ ਜਿਹੜੇ ਫੈਮਿਲੀ ਮੈਂਬਰ, ਜਿੱਦਾਂ ਹੁਣ ਰਿਲੇਟਿਵਸ ਹੁੰਦੇ ਨੇ, ਰਿਸ਼ਤੇਦਾਰ ਹੁੰਦੇ ਨੇ ਨੇੜੇ ਦੇ, ਭੈਣਾਂ ਦੇ ਰਿਸ਼ਤੇਦਾਰ ਜਾਂ ਭਰਾ ਦੇ, ਹਸਬੈਂਡ ਦੇ ਰਿਸ਼ਤੇਦਾਰ, ਰਾਈਟ, ਉਹ ਕਈ ਵਾਰੀ ਜ਼ਿਆਦਾ ਕ੍ਰਿਟੀਸਾਈਜ਼ ਕਰਦੇ ਆ, ਤੇ ਜਦੋਂ ਪੇਰੈਂਟਸ ਅਲਾਓ ਕਰਦੇ ਆ, ਰਾਈਟ, ਦੂਸਰਿਆਂ ਨੂੰ ਕ੍ਰਿਟੀਸਾਈਜ਼ ਕਰਨਾ ਤੇ ਕੰਪੇਅਰ ਕਰਨਾ ਬੱਚਿਆਂ ਨੂੰ, ਉਹ ਵੀ ਉਹਨਾਂ ਦੀ ਸੈਲਫ ਇਸਟੀਮ ਤੇ ਅਸਰ ਕਰਦਾ। ਇਹ ਬਹੁਤ ਜ਼ਿਆਦਾ ਅਸਰ ਕਰਦਾ, ਕਿਉਂਕਿ ਜਦੋਂ ਆਪਾਂ ਨੂੰ ਪੇਰੈਂਟ ਕ੍ਰਿਟੀਸਾਈਜ਼ ਕਰਦਾ, ਰਾਈਟ, ਆਪਾਂ ਕਹਿੰਦੇ ਹਾਂ ਕਿ ਚਲੋ ਪੇਰੈਂਟ ਹੈ, ਮੇ ਬੀ ਦੇ ਆਰ ਸਪੀਕਿੰਗ ਫਰੋਮ ਅ ਗੁੱਡ ਪਲੇਸ ਜਾਂ ਇੰਟੈਂਸ਼ਨ ਵਧੀਆ ਸੀਗੀ, ਬਟ ਜਦੋਂ ਕੋਈ ਹੋਰ ਇੰਨਾ ਕਲੋਜ਼ ਰਿਲੇਟਿਵ ਕ੍ਰਿਟੀਸਾਈਜ਼ ਕਰਦਾ ਐਂਡ ਬੱਚੇ ਨੂੰ ਪਤਾ ਕਿ ਮੈਂ ਗਲਤ ਨਹੀਂ ਹੈ ਕਰਨ 'ਚ, ਤੇ ਜਦੋਂ ਪੇਰੈਂਟ ਉਸ ਰਿਲੇਟਿਵ ਨੂੰ ਸਪੋਰਟ ਕਰਦਾ, ਉਹ ਜ਼ਿਆਦਾ ਹਰਟਫੁਲ ਹੁੰਦਾ, ਬਿਕੋਜ਼ ਅ ਕਿਡ ਫੀਲਸ ਬਿਟਰੇਡ ਕਿ ਮੇਰੇ ਪੇਰੈਂਟ ਮੇਰੀ ਹੀ ਸਪੋਰਟ ਨਹੀਂ ਕਰ ਰਹੇ, ਰਾਈਟ, ਉਹ ਸਦਮਾ ਜ਼ਿਆਦਾ ਹੁੰਦਾ। ਬਿਕੋਜ਼ ਆਈ ਰਿਮੈਂਬਰ ਦੈਟ ਕਿ ਜਦੋਂ ਅਸੀਂ ਕਦੀ ਛੋਟੇ ਹੋਣਾ ਕਿਸੇ ਰਿਲੇਟਿਵ ਨੇ ਕੁਛ ਕਹਿਣਾ ਤੇ ਜੇ ਪੇਰੈਂਟਸ ਨੇ ਉਹਨਾਂ ਦੀ ਸਪੋਰਟ ਕਰਨੀ, ਅਸੀਂ ਕਹਿਣਾ ਕਿ ਲਾਈਕ ਵੀ ਯੂਜ਼ ਟੂ ਫੀਲ ਕਿ ਨਹੀਂ, ਬੱਚਾ ਇਨਸਲਟ ਵੀ ਫੀਲ ਕਰਦਾ, ਇਨਸਲਟਡ ਫੀਲ ਕਰਦੇ ਹੋ, ਬਹੁਤ ਬੱਚੇ ਜਿਹੜੇ ਹੈਗੇ ਨੇ ਉਹ ਇਨਸਲਟ ਫੀਲ ਕਰਦੇ ਆ, ਐਂਡ ਟਾਈਮਸ ਹੈਵ ਚੇਂਜਡ, ਰਾਈਟ, ਹੁਣ ਤਾਂ ਬਟ ਡਸਨਟ ਮੈਟਰ। ਮੇਰੇ ਈਵਨ ਆਪਾਂ ਜੇ ਛੋਟੇ ਜਿਹੇ ਬੱਚੇ ਨੂੰ ਵੀ ਦੇਖ ਲਈਏ, ਰਾਈਟ, ਤੁਸੀਂ ਝਿੜਕੋਗੇ ਬੱਚੇ ਨੂੰ, ਉਹ ਤੁਹਾਡੀ ਐਨਰਜੀ ਫੀਲ ਕਰਦਾ, ਹਾਲਾਂਕਿ ਉਹਨੂੰ ਸਮਝ ਕੁਛ ਨਹੀਂ ਆ ਰਹੀ, ਤੁਹਾਡੀ ਉਹਦੀਆਂ ਫੀਲਿੰਗਸ ਤੋਂ ਹੀ ਉਹ ਬੱਚਾ ਜਿਹੜਾ ਹੈਗਾ ਆ ਉਹ ਮਹਿਸੂਸ ਕਰ ਸਕਦਾ ਕਿ ਤੁਸੀਂ ਉਹਨੂੰ ਕਿਵੇਂ ਟ੍ਰੀਟ ਕਰ ਰਹੇ ਹੋ, ਹਾਂਜੀ, ਰਾਈਟ। ਸੋ ਇਹ ਜਿਹੜੀਆਂ ਸੈਲਫ ਇਸਟੀਮ ਜਿਹੜੀ ਹੈਗੀ ਆ, ਇਹਨੂੰ ਬਣਾਉਣ ਵਾਸਤੇ, ਬੱਚਿਆਂ ਨੂੰ ਸਕਿੱਲਸ ਇਹ ਦੇਣ ਵਾਸਤੇ, ਰਾਈਟ, ਆਪਾਂ ਇਹ ਆਪਾਂ ਨੂੰ ਸੋਚਣਾ ਪਏਗਾ, ਵਿਚਾਰਨਾ ਪਏਗਾ ਕਿ ਕਿਹੜੀਆਂ ਚੀਜ਼ਾਂ ਆਪਾਂ ਕਰ ਸਕਦੇ ਹਾਂ ਤਾਂ ਕਿ ਕੁੜੀਆਂ ਦੀ ਸੈਲਫ ਇਸਟੀਮ ਵਧੇ, ਹਾਂਜੀ, ਰਾਈਟ, ਬਿਲਕੁਲ, 100%। ਸੋ ਜਿੱਦਾਂ ਹੁਣ ਜਿਹੜੇ ਛੋਟੀਆਂ ਬੱਚੀਆਂ, ਜਿਵੇਂ ਆਪਾਂ ਗਲਤੀ ਨਾ ਕਰਨ ਤੋਂ ਜਿੱਦਾਂ ਵਰਜਦੇ ਹਾਂ, ਕਿਹੜੀਆਂ ਚੀਜ਼ਾਂ ਨੇ ਕਿ ਜਿਹੜੀਆਂ ਆਪਾਂ ਕਿਵੇਂ ਜਾਂ ਕਿਵੇਂ ਇਹ ਸਕਿੱਲਸ ਜਿਹੜੀਆਂ ਇੰਸਟਾਲ ਕਰ ਸਕਦੇ ਹਾਂ ਤਾਂ ਕਿ ਬੱਚਾ ਸੇਫ ਵੀ ਰਹੇ ਪਰ ਉਹਦੀ ਸੈਲਫ ਇਸਟੀਮ ਵੀ ਬਣੇ? ਹਾਂਜੀ, ਬਿਲਕੁਲ। ਆਈ ਥਿੰਕ ਫਸਟ ਐਂਡ ਫੋਰਮੋਸਟ ਚੀਜ਼ ਹੈਗੀ ਹੈ ਘਰ ਦਾ ਇਨਵਾਇਰਮੈਂਟ, ਰਾਈਟ। ਦ ਇਨਵਾਇਰਮੈਂਟ ਹੈਜ਼ ਟੂ ਬੀ ਕੰਡਿਊਸਿਵ ਟੂ ਗਰੋਥ, ਟੂ ਲਰਨਿੰਗ, ਟੂ ਐਕਸਪੈਰੀਮੈਂਟਿੰਗ। ਇਹ ਚੀਜ਼ਾਂ ਜੇ ਅਲਾਊਡ ਨਹੀਂ ਹੋਣਗੀਆਂ, ਐਕਸਪੈਰੀਮੈਂਟ ਦਾ ਮਤਲਬ ਹੈਗਾ ਉਹਨਾਂ ਨੂੰ ਥੋੜ੍ਹੀ ਛੁੱਟ ਦਿਓ, ਮਤਲਬ ਵਿਦ ਇਨ ਸੇਫ ਬਾਉਂਡਰੀਜ਼, ਜਿਵੇਂ ਤੁਸੀਂ ਕਿਹਾ, ਕਿਉਂਕਿ ਅਜੇ ਵੀ ਬੱਚੇ ਨੇ, ਉਹਨਾਂ ਨੂੰ ਕੰਪਲੀਟਲੀ ਰਾਈਟ ਐਂਡ ਰੋਂਗ ਦਾ ਨਹੀਂ ਪਤਾ।
ਇੱਕ ਸਿੰਪਲ ਚੀਜ਼ ਐਸ ਬੈੱਡ ਤੋਂ ਜੰਪ ਮਾਰਨੀ, ਰਾਈਟ? ਉਹਨਾਂ ਨੂੰ ਦੱਸ ਦਿਓ ਕਿ ਆਹ ਵੇਖੋ ਆਹ ਕੰਧ ਹੈ, ਆਹ ਬੈੱਡ ਹੈ, ਇੱਥੇ ਜੇ ਉੱਧਰ ਜਾਓਗੇ ਸਿਰ ਵੱਜੂਗਾ ਅਤੇ ਸੱਟ ਲੱਗੂਗੀ. ਅਦਰ ਦੈਨ ਦੈਟ ਨਾਓ ਯੂ ਹੈਵ ਦ ਫਰੀਡਮ, ਯੂ ਕੈਨ ਜੰਪ ਐਂਡ ਯੂ ਕੈਨ ਸੀ, ਯੂ ਕੈਨ ਪਲੇ ਯੋਰ ਗੇਮ. ਜੇ ਉਹਨਾਂ ਨੇ ਕੁਝ ਕੈਸਲਸ ਬਣਾਏ ਹੁੰਦੇ ਆ ਪਿਲੋਜ਼ ਨਾਲ, ਰਾਈਟ, ਛੋਟੇ ਹੁੰਦਿਆਂ ਤੋਂ. ਸੋ ਲੈਟ ਦੈਮ ਪਲੇ, ਲੈਟ ਦੈਮ ਐਕਸਪਲੋਰ ਦੇਅਰ ਇਮੈਜੀਨੇਸ਼ਨ, ਕਿਉਂਕਿ ਆਪਾਂ ਨਾ ਨਾ ਕਰਨ ਦੇ ਚੱਕਰ ਵਿੱਚ ਇੱਕ ਬਹੁਤ ਵੱਡੀ ਚੀਜ਼ ਜਿਹੜੀ ਉਹਨਾਂ ਦੀ ਹੋਰ ਇੰਪੈਕਟ ਕਰਦੇ ਆ ਉਹ ਹੈਗੀ ਉਹਨਾਂ ਦੀ ਇਮੈਜੀਨੇਸ਼ਨ. ਆਪਾਂ ਕਰਬ ਕਰ ਦਿੰਦੇ ਹਾਂ ਉਹਨੂੰ ਉੱਥੇ. ਅਤੇ ਇਮੈਜੀਨੇਸ਼ਨ ਇਜ਼ ਅ ਵੰਡਰਫੁਲ ਥਿੰਗ, ਉਹ ਤੁਹਾਨੂੰ ਵਿੰਗਸ ਦਿੰਦੀ ਹੈ. ਜੇ ਤੁਸੀਂ ਡਰੀਮ ਹੀ ਨਹੀਂ ਕਰੋਗੇ ਤੁਸੀਂ ਅਚੀਵ ਕਿਵੇਂ ਕਰੋਗੇ? ਰਾਈਟ ਰਾਈਟ. ਸੋ ਇਹ ਜਿਹੜੀ ਪੇਰੈਂਟਲ ਹੈਬਿਟ ਆਫ ਸੇਇੰਗ ਨੋ ਐਂਡ ਦੈਨ ਜਸਟੀਫਾਈਂਗ ਇਟ ਬਾਈ ਸੇਇੰਗ ਕਿ ਮੈਂ ਕੰਸਰਨਡ ਸੀ, ਇਟ ਡਜ਼ ਮੋਰ ਡੈਮੇਜ ਦੈਨ ਵੀ ਕੈਨ ਥਿੰਕ. ਆਈ ਥਿੰਕ ਇਹਦੇ 'ਚ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿੱਦਾਂ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਤਾਂ ਚਲੋ ਹੋ ਸਕਦਾ ਕਿ ਜਿਹੜੇ ਆਪਣੇ ਸੁਣਨ ਵਾਲੇ ਦਰਸ਼ਕ ਨੇ ਉਹ ਥੋੜ੍ਹਾ ਆਪਣੀਆਂ ਆਪਣੇ ਆਪ ਨੂੰ ਕਰਵ ਕਰ ਲੈਣ, ਰਾਈਟ? ਅਤੇ ਜਿਹੜੇ ਬੱਚੇ ਵੱਡੇ ਹੋ ਚੁੱਕੇ ਆ, ਰਾਈਟ, ਉਹਨਾਂ ਨੂੰ ਸਕਿੱਲਸ ਦੇਣ ਵਾਸਤੇ, ਰਾਈਟ, ਪਹਿਲਾਂ ਤਾਂ ਮੈਂ ਕਹੂੰਗੀ ਕਿ ਪੇਰੈਂਟਸ ਨੂੰ ਸਿੱਖਣਾ ਪਏਗਾ ਬਿਲਕੁਲ ਕਿ ਕਿਵੇਂ ਉਹ ਆਪਣੇ ਆਪ ਨੂੰ ਜਿਵੇਂ ਉਸ ਮੁਕਾਮ 'ਤੇ ਲਿਆ ਸਕਦੇ ਆ ਕਿ ਬੱਚੇ ਨੂੰ ਉਹ ਸੈਲਫ ਇਸਟੀਮ ਬਣਾਈ ਜਾ ਸਕਦੀ ਹੈ, ਉਹਨਾਂ ਦੀ ਸੈਲਫ ਕੌਨਫੀਡੈਂਸ ਬਣਾਇਆ ਜਾ ਸਕਦਾ ਹੈ, ਲੇਕਿਨ ਪੇਰੈਂਟਸ ਨੂੰ ਵੀ ਸਿੱਖਣਾ ਪਏਗਾ, ਉਹਨਾਂ ਨੂੰ ਵੀ ਸਕਿੱਲਸ ਲੈਣੀਆਂ ਪੈਣਗੀਆਂ ਬਿਲਕੁਲ, ਰਾਈਟ? ਅਤੇ ਵੀ ਕਿਵੇਂ ਬੱਚੇ ਨੂੰ ਕਿਵੇਂ ਆਪਣੇ ਆਪ ਨੂੰ ਰੋਕਣਾ, ਰਾਈਟ? ਅਤੇ ਜਿਹੜਾ ਆਪਾਂ ਅਰਲੀਅਰ ਗੱਲ ਕਰਦੇ ਸੀਗੇ, ਡਿਸਕਸ਼ਨ ਕਰਦੇ ਸੀਗੇ, ਉਹਦੇ ਵਿੱਚ ਇੱਕ ਆਪਾਂ ਗੱਲ ਕੀਤੀ ਸੀ ਫੀਅਰ ਦੀ, ਹਾਂਜੀ, ਰਾਈਟ, ਕਿ ਜਿਹੜਾ ਆਪਣਾ ਫੀਅਰ ਹੈ, ਹੈ ਨਾ, ਉਹ ਆਪਾਂ ਉਹਦੇ 'ਤੇ ਬੱਚਿਆਂ 'ਤੇ ਇੰਪੋਜ਼ ਨਾ ਕਰੀਏ. ਬਿਲਕੁਲ. ਆਪਣਾ ਫੀਅਰ ਦੇਖੀਏ ਵੀ ਸਾਡਾ ਫੀਅਰ ਕਿੱਥੋਂ ਆਉਂਦਾ. ਹੁਣ ਬੱਚੇ ਛੋਟੇ ਜਦੋਂ ਹੁੰਦੇ ਨਾ, ਕਹਿੰਦੇ ਨੇ ਕਿ ਬੁੱਢੀਆਂ ਹੱਡੀਆਂ ਛੇਤੀ ਨਹੀਂ ਹੀਲ ਹੁੰਦੀਆਂ, ਰਾਈਟ? ਅਤੇ ਬੱਚਿਆਂ 'ਤੇ ਤਾਂ ਸੱਟ ਲੱਗ ਜੇ, ਬਹੁਤਿਆਂ ਦੇ ਸੱਟ ਲੱਗੀ ਹੈ, ਰਾਈਟ, ਅਤੇ ਉਹ ਹੀਲ ਹੋ ਜਾਂਦੇ ਆ ਬਹੁਤ ਛੇਤੀ. ਪਰ ਅਸੀਂ ਕਿਹੜੀ ਚੀਜ਼ ਆ ਜਿਹੜੀ ਕਿ ਅਸੀਂ ਨਹੀਂ ਕਰਨਾ ਚਾਹੁੰਦੇ, ਉਹ ਹੈ, ਕਿਉਂਕਿ ਆਪਾਂ ਜੇ ਬੱਚੇ ਨੂੰ ਹਸਪੀਟਲ ਲਿਜਾਣਾ ਪੈ ਗਿਆ ਉਹਨੂੰ ਆਪਾਂ ਟਾਈਮ ਵੇਸਟ ਸਮਝਦੇ ਹਾਂ, ਰਾਈਟ? ਜੇ ਸੱਟ ਨਾ ਹੀ ਲੱਗੇ ਤਾਂ ਵਧੀਆ ਆ, ਰਾਈਟ? ਕੀ ਲੋੜ ਆ ਇਹਨੂੰ ਸੱਟਾਂ ਖਾਣ ਦੀ, ਹਾਂਜੀ, ਹੈ ਨਾ? ਪਰ ਆਪਾਂ ਇਹ ਨਹੀਂ ਸੋਚਦੇ, ਜਿਹੜੀ ਤੁਸੀਂ ਇਮੈਜੀਨੇਸ਼ਨ ਦੀ ਗੱਲ ਕੀਤੀ ਆ, ਕਿ ਉਹ ਬੱਚਾ ਜਿਹੜਾ ਹੈਗਾ ਉਹ ਸਿੱਖ ਰਿਹਾ ਆ. ਹਾਂਜੀ. ਜਿੰਨਾ ਉਹ ਆਪ ਕੁਛ ਕਰੇਗਾ, ਭਾਵੇਂ ਉਹ ਭਾਂਡੇ ਸਿੰਕ 'ਚੋਂ ਕੱਢ ਕੇ ਅਤੇ ਉਹ ਸਾਫ਼ ਕਰਕੇ ਰੱਖ ਦੇਵੇ, ਰਾਈਟ? ਜੇ ਕੱਪ ਡਿੱਗ ਕੇ ਟੁੱਟ ਗਿਆ ਤਾਂ ਉਹਨੂੰ ਤਾਂ ਹੀ ਪਤਾ ਲੱਗੂਗਾ ਵੀ ਕੱਪ ਟੁੱਟੂਗਾ. ਹਾਂਜੀ. ਜੇ ਡਿੱਗ ਗਿਆ ਤਾਂ ਉਹੀ ਨਾ, ਆਪਾਂ ਬਹੁਤ ਜ਼ਿਆਦਾ ਪ੍ਰੋਟੈਕਟਿਵ ਹੋ ਜਾਂਦੇ ਹਾਂ. ਅਤੇ ਆ ਜਿਹੜੀ ਤੁਸੀਂ ਫੀਅਰ ਵਾਲੀ ਗੱਲ ਕੀਤੀ, ਬਿਲਕੁਲ ਸਹੀ ਕਿਹਾ ਕਿ ਐਕਚੁਅਲੀ ਜਿਹੜਾ ਆਪਾਂ ਉਹਨਾਂ ਨੂੰ ਰੋਕਦੇ ਹਾਂ ਨਾ, ਇਹ ਇਸ ਡਰ ਤੋਂ ਘੱਟ ਹੈ ਕਿ ਹਾਏ ਮਤਲਬ ਐਂ ਹੋ ਜੂਗਾ. ਇਹ ਬੇਸਿਕਲੀ ਵੀ ਆਰ ਪ੍ਰੋਜੈਕਟਿੰਗ ਆਰ ਫੀਅਰ ਔਨ ਟੂ ਦੈਮ, ਕਿਉਂਕਿ ਆਪਣੇ ਨਾਲ ਇਹ ਹੋਇਆ ਸੀ, ਹੈ ਨਾ? ਫੋਰ ਐਗਜ਼ਾਮਪਲ, ਇਫ ਵੀ ਫੇਲਡ ਇਨ ਲਵ, ਵੀ ਵਿਲ ਕੋਨਸਟੈਂਟਲੀ ਟੈਲ ਆਰ ਕਿਡਸ, ਨਹੀਂ ਨਹੀਂ ਤੁਸੀਂ ਆ ਲਵ ਮੈਰਿਜ ਤੋਂ ਧਿਆਨ ਨਾਲ, ਨਹੀਂ ਆ ਮੁੰਡੇ ਕੁੜੀਆਂ ਤੋਂ ਧਿਆਨ ਨਾਲ, ਨਹੀਂ ਜਿਹੜੇ ਔਨਲਾਈਨ ਮਿਲਦੇ ਆ ਉਹਨਾਂ ਤੋਂ ਧਿਆਨ ਨਾਲ, ਕਿਉਂਕਿ ਵੀ ਹੈਵ ਬਿਨ ਥਰੂ ਦੈਟ, ਵਿਚ ਇਜ਼ ਨੋਟ ਅ ਬੈਡ ਥਿੰਗ. ਉਹਨਾਂ ਨੂੰ ਲਾਈਕ ਇੱਕ ਬੜਾ ਕਹਿ ਲਓ ਕਿ ਇੱਕ ਲਿਮਿਟ ਦੇ ਵਿੱਚ ਰਹਿ ਕੇ ਤੁਸੀਂ ਵਾਰਨ ਕਰੋ, ਸਭ ਕੁਛ ਕਰੋ, ਬਟ ਨੋਟ ਟੂ ਦੀ ਐਕਸਟੈਂਟ ਕਿ ਦੇ ਸਟਾਰਟ ਡਾਊਟਿੰਗ ਦੈਮਸੈਲਵਸ. ਐਗਜ਼ੈਕਟਲੀ, ਯੈਸ. ਸੋ ਇਹ ਬਹੁਤ ਇੰਪੋਰਟੈਂਟ ਹੈ, ਬਹੁਤ ਟ੍ਰਿਕੀ ਰੋਲ ਹੈ ਵੈਸੇ ਪੇਰੈਂਟਸ ਦਾ. ਪੇਰੈਂਟਸ ਦਾ ਟ੍ਰਿਕੀ ਵੀ ਰੋਲ ਹੈਗਾ. ਹਾਂਜੀ. ਬੜਾ ਸਿੰਪਲ ਵੀ ਹੈਗਾ. ਹਾਂਜੀ, ਹੈ ਨਾ? ਦੇ ਹੈਵ ਟੂ ਜਸਟ ਬੈਲੈਂਸ, ਆਈ ਥਿੰਕ.
ਜੇ ਉਹ ਰਾਈਟ ਸਕਿੱਲਸ ਲੈ ਲੈਣ ਟਾਈਮ, ਜਿੱਦਾਂ ਵੀ ਕਿਸੇ ਵੀ ਟਾਈਮ 'ਤੇ, ਦੇਰ ਇਜ਼ ਨੋ ਰਾਈਟ ਔਰ ਰੋਂਗ ਟਾਈਮ ਸਿੱਖਣ ਵਾਸਤੇ, ਰਾਈਟ? ਪਰ ਗੱਲ ਉੱਥੇ ਆ ਜਾਏਗੀ ਕਿ ਕੀ ਪੇਰੈਂਟਸ ਆਪ ਸਿੱਖਣਾ ਚਾਹਣਗੇ ਕਿ ਨਹੀਂ, ਰਾਈਟ? ਸੋ ਜੇ ਪੇਰੈਂਟਸ ਆਪ ਸਕਿੱਲਸ ਲੈ ਲੈਣ, ਇਹ ਨਹੀਂ ਹੈਗਾ ਕਿ ਸਾਨੂੰ ਬੱਚੇ ਪਾਲਣੇ ਨਹੀਂ ਆਉਂਦੇ, ਆਪਾਂ ਨੂੰ ਬੱਚੇ ਪਾਲਣੇ ਆਉਂਦੇ, ਆਪਾਂ ਖਾਣਾ ਦੇ ਦਿਆਂਗੇ, ਕੱਪੜੇ ਦੇ ਦਿਆਂਗੇ, ਰੋਟੀ ਕੱਪੜਾ ਮਕਾਨ, ਬੇਸਿਕ ਜਿਹੜੀਆਂ ਤਿੰਨ ਲੋੜਾਂ ਨੇ ਆਪਾਂ ਪੂਰੀਆਂ ਕਰਦੇ ਹਾਂ, ਪਰ ਇੱਕ ਬੱਚੇ ਦੀ ਸੈਲਫ ਇਸਟੀਮ ਅਤੇ ਉਹਨੂੰ ਕੌਨਫੀਡੈਂਟ ਬਣਾਉਣ ਵਾਸਤੇ ਜਿਹੜੀਆਂ ਸਕਿੱਲਸ ਆਪਾਂ ਨੂੰ ਨਹੀਂ ਸੀ ਪਤਾ, ਉਹ ਆਪਾਂ ਨੂੰ ਲੈਣੀਆਂ ਪੈਣਗੀਆਂ, ਹਾਂਜੀ, ਰਾਈਟ? ਅਤੇ ਉਹਦੇ ਵਾਸਤੇ ਆਪਾਂ ਨੂੰ ਸ਼ਾਇਦ ਹੋ ਸਕਦਾ ਪੇਰੈਂਟਸ ਨੂੰ ਪੇਰੈਂਟਿੰਗ ਸੈਸ਼ਨ ਜਿਹੜੇ ਨੇ ਉਹ ਅਟੈਂਡ ਕਰਨੇ ਪੈਣ, ਜਾਂ ਕਿਸੇ ਵੀ ਤਰ੍ਹਾਂ ਦੀਆਂ ਬੁੱਕਸ ਵੀ ਪੜ੍ਹ ਸਕਦੇ ਆ। ਯੂਟਿਊਬ 'ਤੇ ਇੰਨੀਆਂ ਸੁਜੈਸ਼ਨਸ ਹੈਗੀਆਂ ਨੇ, ਇੰਨੇ ਜਿਸ ਤਰ੍ਹਾਂ ਹੁਣ ਸੈਸ਼ਨਸ ਯੂਟਿਊਬ 'ਤੇ ਬਲਦੇਵ ਮੁੱਟਾ, ਬਲਦੇਵ ਅੰਕਲ ਦੇ ਸੈਸ਼ਨਸ ਆਉਂਦੇ ਨੇ ਪੇਰੈਂਟਿੰਗ 'ਤੇ, ਰਾਈਟ? ਉਹ ਵੀ ਦੇਖੇ ਜਾ ਸਕਦੇ ਨੇ। ਸੋ ਜਿਹੜਾ ਐਕਚੁਅਲੀ ਵੈਸੇ ਤਾਂ ਸੋਸ਼ਲ ਮੀਡੀਆ ਭਰਿਆ ਪਿਆ, ਪਰ ਇਹਦਾ ਮਤਲਬ ਇਹ ਨਹੀਂ ਕਿ ਹਰ ਇੱਕ ਹੀ ਸਲਾਹ ਜਿਹੜੀ ਆ ਉਹ ਵਧੀਆ ਦੇ ਰਿਹਾ, ਵਧੀਆ, ਰਾਈਟ? ਸੋ ਇਹ ਇੱਕ ਚੀਜ਼ ਜਿਹੜੀ ਆ, ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ, ਕਿਉਂਕਿ ਕਈ ਵਾਰ ਆਪਾਂ ਡਿਪੈਂਡਿੰਗ ਬੱਚੇ ਦੀ ਉਮਰ 'ਤੇ, ਬੱਚੇ ਦੀ ਪਰਸਨੈਲਿਟੀ 'ਤੇ, ਹੈ ਨਾ, ਆਪਾਂ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ ਪੁੱਛਦੇ ਰਹਿੰਦੇ ਹਾਂ, ਰਾਈਟ? ਆਪਾਂ, ਮੈਂ ਇਹ ਵੀ ਦੇਖਿਆ ਕਿ ਪੇਰੈਂਟਸ ਚਾਹੁੰਦੇ ਆ ਕਿ ਸਾਡੇ ਬੱਚੇ 'ਚ ਸੈਲਫ ਇਸਟੀਮ ਹੋਵੇ, ਉਹ ਬੋਲਣ ਜੋਗਾ ਹੋਵੇ। ਆਪਾਂ ਇਹ ਵੀ ਕਹਿੰਦੇ ਹਾਂ ਵੀ ਮੇਰਾ ਬੱਚਾ ਘਰੇ ਤਾਂ ਬੋਲਦਾ ਨਹੀਂ ਗਾ, ਬਾਹਰ ਜਾ ਕੇ ਬੜਾ ਰੌਲਾ ਪਾਉਂਦਾ। ਉਹ ਜਿਹੜਾ ਹੈਗਾ ਉਹ ਕੌਨਫੀਡੈਂਸ ਜਿਹੜਾ ਹੈਗਾ ਆ, ਉਹ ਜਿਹੜਾ ਅੰਦਰ ਬੱਚਾ ਦੱਬਿਆ ਹੋਇਆ, ਉਹ ਬਾਹਰ ਜਾ ਕੇ ਬੋਲਦਾ, ਉਹ ਲੱਗੇਗਾ ਬੜਾ ਕੌਨਫੀਡੈਂਟ, ਐਬਸੋਲੂਟਲੀ, ਪਰ ਉਹਦੀ ਸੈਲਫ ਇਸਟੀਮ ਨਹੀਂ ਹੋਏਗੀ। ਐਂਡ ਵਾਈਸ ਵਰਸਾ, ਕਈ ਵਾਰੀ ਬੱਚੇ ਬਾਹਰ ਜਿਹੜਾ ਹੈਗਾ ਬਿਲਕੁਲ ਨਹੀਂ ਬੋਲਦੇ ਜਾ ਕੇ, ਕਿਉਂ? ਉਹਨਾਂ ਦੀ ਵੀ ਸੈਲਫ ਇਸਟੀਮ ਨਹੀਂ ਹੁੰਦੀ, ਰਾਈਟ? ਉਹ ਸਿਰਫ ਘਰ ਹੀ ਸੇਫ ਫੀਲ ਕਰਦੇ ਆ ਜ਼ਿਆਦਾ ਰੌਲਾ ਪਾਉਣਾ, ਰਾਈਟ? ਸੋ ਇਹ ਦੋਨਾਂ ਚੀਜ਼ਾਂ ਦੇ ਵਿੱਚ ਰੋਲ ਐਟ ਦੀ ਐਂਡ ਪੇਰੈਂਟਸ ਦਾ ਹੀ ਆ ਜਾਂਦਾ। ਹਾਂਜੀ, ਬਿਲਕੁਲ, ਰਾਈਟ? ਜਾਂ ਫਿਰ ਜਿਹੜੇ ਨਾਲ ਹੈਗੇ ਨੇ ਫੈਮਿਲੀ ਮੈਂਬਰਸ, ਗ੍ਰੈਂਡ ਪੇਰੈਂਟਸ ਦਾ ਵੀ ਆ ਜਾਂਦਾ ਹੈ, ਜਿਹੜੇ ਘਰ 'ਚ ਗ੍ਰੈਂਡ ਪੇਰੈਂਟਸ ਰਹਿੰਦੇ ਆ। ਅੱਛਾ, ਤੁਸੀਂ ਰੀਨਾ ਕਦੀ ਵੇਖਿਆ ਹੋਊਗਾ, ਬਹੁਤ ਕੇਸਿਸ 'ਚ ਮੈਂ ਨੋਟ ਕੀਤੀ ਗੱਲ, ਦੇਖੋ ਗ੍ਰੈਂਡ ਪੇਰੈਂਟਸ ਵੀ ਆਪਾਂ ਜਨਰਲਾਈਜ਼ ਨਹੀਂ ਕਰ ਸਕਦੇ, ਹੈ ਨਾ, ਦੇਰ ਆਰ ਸਪੋਰਟਿਵ ਗ੍ਰੈਂਡ ਪੇਰੈਂਟਸ, ਦੇਰ ਆਰ ਨੋਨ ਸਪੋਰਟਿਵ। ਕਈ ਵਾਰੀ ਕੀ ਹੁੰਦਾ, ਗ੍ਰੈਂਡ ਪੇਰੈਂਟਸ ਜ਼ਿਆਦਾ ਇਨਕਰੇਜਿੰਗ ਜਾਂ ਡਿਸਕਰੇਜਿੰਗ ਹੁੰਦੀ ਹੈ, ਕਿ ਉਹ ਜ਼ਿਆਦਾ ਫੀਅਰਫੁਲ ਹੁੰਦੇ ਆ ਕਿ ਪੇਰੈਂਟਸ ਹਜੇ ਟੂ ਐਨ ਐਕਸਟੈਂਟ ਓਕੇ ਹੋਣਗੇ ਕਿ ਚਲੋ ਯੂ ਨੋ ਯੂ ਕੈਨ ਜੰਪ, ਤੁਸੀਂ ਆਹ ਕਰ ਲਓ, ਇਹਨੂੰ ਮਿਲ ਲਓ, ਆਹ ਐਕਟੀਵਿਟੀ ਕਰ ਲਓ, ਇਹ ਪਰਸੂ ਕਰ ਲਓ। ਬਟ ਗ੍ਰੈਂਡ ਪੇਰੈਂਟਸ ਮੇ ਬੀ ਬਿਕੋਜ਼ ਅਗੈਨ ਉਹਨਾਂ ਦੇ ਐਕਸਪੀਰੀਅੰਸਿਸ ਬਹੁਤ ਪਲੈਜ਼ੈਂਟ ਨਹੀਂ ਰਹੇ ਹੁੰਦੇ ਜਾਂ ਟਰੋਮੈਟਿਕ ਰਹੇ ਹੁੰਦੇ ਆ, ਸੋ ਉਹ ਫਿਰ ਅਗੈਨ ਪ੍ਰੋਜੈਕਟ ਕਰਦੇ ਆ, ਰਾਈਟ? ਦੈਨ ਅਗੈਨ ਸਟਿਲ ਇਹ ਡਿਊਟੀ ਪੇਰੈਂਟਸ ਦੀ ਹੀ ਹੈ ਕਿ ਉਹ ਮਤਲਬ ਆਪਣੇ ਪੇਰੈਂਟਸ ਨੂੰ ਸਮਝਾਉਣ ਕਿ ਇਟਸ ਓਕੇ, ਜਸਟ ਬਿਕੋਜ਼ ਆਪਣੇ ਨਾਲ ਐਵੇਂ ਹੋਇਆ ਡਜ਼ਨਟ ਮੀਨ ਕਿ ਕਿਡਸ ਨਾਲ ਐਵੇਂ ਹੋਊਗਾ। ਸੋ ਲੈਟਸ ਗਿਵ ਦਮ ਅ ਚਾਂਸ ਐਂਡ ਲੈਟ ਦਮ ਲਰਨ ਫਰੋਮ ਦੇਅਰ ਓਨ ਮਿਸਟੇਕਸ। ਹਾਂ, ਆਪਣੀ ਗਲਤੀ ਤੋਂ ਹੀ ਇਨਸਾਨ ਨੂੰ ਸਿੱਖਣਾ ਚਾਹੀਦਾ, ਸੋਰੀ, ਆਪਣੀ ਗਲਤੀ ਕਰਨ ਦਾ ਮੌਕਾ ਇਨਸਾਨ ਨੂੰ ਮਿਲਣਾ ਚਾਹੀਦਾ, ਕਿਉਂਕਿ ਇੰਨੇ ਛੋਟੇ ਬੱਚੇ ਅਜੇ ਕਿਸੇ ਦੀਆਂ ਗਲਤੀਆਂ ਤੋਂ ਨਹੀਂ ਸਿੱਖ ਸਕਦੇ, ਹੈ ਨਾ। ਸਿਆਣਾ ਬੰਦੇ ਨੂੰ ਆਪਾਂ ਕਹਿੰਦੇ ਨਾ ਲਰਨ ਫਰੋਮ ਅਦਰ ਪੀਪਲਸ ਮਿਸਟੇਕਸ, ਬਟ ਵਾਈਲ ਵੀ ਆਰ ਗਰੋਇੰਗ ਅਪ ਮੇਕਿੰਗ ਮਿਸਟੇਕਸ ਇਜ਼ ਅ ਪੋਜ਼ਿਟਿਵ ਥਿੰਗ। ਹਾਂਜੀ, ਸੱਟਾਂ ਖਾ ਕੇ, ਲੈਸਨ ਸਿੱਖ ਕੇ ਤੁਸੀਂ ਵਧੀਆ ਸਿੱਖਦੇ ਹੋ, ਛੇਤੀ ਸਿੱਖਦੇ ਹੋ ਅਤੇ ਉਹ ਯਾਦ ਰਹਿੰਦੀ ਹੈ ਫਿਰ ਗੱਲ। ਜਿੱਦਾਂ ਹੁਣ ਬੱਚੇ ਨੂੰ ਜੇ ਆਪਾਂ ਕਹੀ ਜਾਈਏ ਸਟੋਵ ਨੂੰ ਹੱਥ ਨਾ ਲਾਈ,
ਗਰਮ ਆ, ਸਟੋਵ ਨੂੰ ਹੱਥ ਨਾ ਲਾਈ, ਇਹ ਗਰਮ ਆ। ਜਿੰਨੀ ਦੇਰ ਬੱਚਾ ਸਟੋਵ ਨੂੰ ਹੱਥ ਨਹੀਂ ਨਾ ਲਾਊਗਾ ਓਨੀ ਦੇਰ ਉਹ ਰੁਕੂਗਾ, ਨਹੀਂ ਸਿੱਖੂਗਾ, ਕਿਉਂਕਿ ਉਹਨੂੰ ਉਹਦੀ ਇੱਕ ਤਾਂ ਇੱਕ ਪੱਖੋਂ ਤਾਂ ਆਪਣੀ ਉਹਦੀ ਕਿਉਰਿਓਸਿਟੀ ਵਧਾਈ ਜਾ ਰਹੇ ਆ, ਇਜ਼ ਦ ਵਰਡ, ਰਾਈਟ, ਉਹ ਵਧਾਈ ਜਾ ਰਹੇ ਆ, ਹੈ ਨਾ। ਦੂਸਰੇ ਪਾਸੇ ਉਹਨੂੰ ਕਹੀ ਜਾ ਰਹੇ ਆ ਨਾ ਕਰੀ ਨਾ ਕਰੀ ਨਾ ਕਰੀ, ਹਾਂਜੀ, ਰਾਈਟ। ਸੋ ਉਹ ਸੋ ਇਹਦੇ 'ਚ ਇਹ ਵੀ ਬੜਾ ਜ਼ਰੂਰੀ ਫਿਰ ਇਹ ਸਮਝਣਾ ਕਿ ਜਦੋਂ ਆਪਾਂ ਬੱਚੇ ਨੂੰ ਰੋਕਾਂਗੇ, ਹਾਂਜੀ, ਰਾਈਟ, ਬੜੀਆਂ ਸਿੰਪਲ ਜਿਹੜੀਆਂ ਜੇ ਮਿਸਟੇਕਸ ਜਿਹੜੀਆਂ ਬੱਚੇ ਕਰਨ ਤੋਂ ਜਦੋਂ ਉਹ ਵੀ ਆਪਾਂ ਰੋਕਦੇ ਹਾਂ ਨਾ, ਉਹ ਫਿਰ ਇਸ ਚੀਜ਼ ਦਾ ਕਾਰਨ ਵੀ ਬਣ ਜਾਂਦੀਆਂ ਕਿ ਬੱਚੇ ਫਿਰ ਜਾਣ ਕੇ ਰਿਸਕ ਟੇਕਿੰਗ ਲੈਂਦੇ ਆ, ਜਾਣ ਕੇ ਫਿਰ ਉਹ ਗਲਤ ਕੰਮ ਕਰਨਗੇ ਕਿਉਂਕਿ ਉਹਨਾਂ ਨੂੰ ਦਬਾਇਆ ਜਾਂਦਾ ਹੈ, ਹਾਂਜੀ, ਰਾਈਟ। ਸੋ ਸੈਲਫ ਸਟੀਮ ਨਾ ਹੋਣ ਦੇ ਐਕਚੁਲੀ ਨਤੀਜੇ ਜਿਹੜੇ ਨੇ ਉਹ ਕਾਫੀ ਖਤਰਨਾਕ ਨਿਕਲ ਸਕਦੇ ਨੇ ਜਦੋਂ ਬੱਚੇ ਵੱਡੇ ਹੋ ਜਾਂਦੇ ਆ। ਐਬਸੋਲਿਊਟਲੀ, ਆਪਾਂ ਫਿਰ ਵੇਖਦੇ ਹਾਂ ਜਿਹੜੇ ਇੰਨੇ ਜ਼ਿਆਦਾ ਐਕਸਟ੍ਰੀਮ ਸਟੈਪਸ ਲਾਈਕ ਸਬਸਟੈਂਸ ਯੂਜ਼, ਡਿਪਰੈਸ਼ਨ, ਮੈਂਟਲ ਹੈਲਥ ਇਸ਼ੂਜ਼, ਇਹ ਅ ਲੋਟ ਆਫ ਟਾਈਮਸ ਆਰ ਐਸੋਸੀਏਟਡ ਵਿਦ ਲੋ ਸੈਲਫ ਇਸਟੀਮ। ਬਿਲਕੁਲ, ਦੇਅਰ ਇਜ਼ ਐਕਚੁਅਲੀ ਅ ਡਾਇਰੈਕਟ ਕਨੈਕਸ਼ਨ ਜਦੋਂ ਬੱਚਿਆਂ ਦੀ ਲੋ ਸੈਲਫ ਇਸਟੀਮ ਹੁੰਦੀ ਆ, ਹਾਂਜੀ, ਕਿਉਂਕਿ ਉਹ ਇੱਕ ਤਰ੍ਹਾਂ ਦਾ ਪੇਨ ਹੁੰਦਾ, ਇੱਕ ਤਰ੍ਹਾਂ ਦਾ ਦਰਦ ਹੁੰਦਾ ਆ, ਰਾਈਟ, ਕਿ ਬੱਚੇ ਨੂੰ ਜਿਹੜਾ ਕਿ ਉਹਨੇ ਦਬਾਇਆ 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 ਦਬਾਈ ਜਾ ਰਿਹਾ, ਰਾਈਟ, ਅਤੇ ਉਸ ਦਰਦ ਨੂੰ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਆ ਸਕਦੀਆਂ ਨੇ ਉਹਦੇ 'ਚ। ਕੋਈ ਹੁਣ ਫੋਰ ਐਗਜ਼ਾਮਪਲ ਜਦੋਂ ਆਪਾਂ ਕਿਸੇ ਬੱਚੇ ਦੀ ਗੱਲ ਕਰਦੇ ਹਾਂ ਕਿ ਉਹ ਕੀ ਬਣਨਾ ਚਾਹੁੰਦਾ ਜ਼ਿੰਦਗੀ ਦੇ ਵਿੱਚ, ਰਾਈਟ, ਜੇ ਬੱਚੇ ਦੀ ਆਰਟ ਸਕਿੱਲਸ ਬਹੁਤ ਸੋਹਣੀਆਂ ਨੇ ਅਤੇ ਆਪਾਂ ਉਹਨਾਂ ਨੂੰ ਦਬਾਈ ਦਿੰਦੇ, ਆਪਾਂ ਉਹਨੂੰ ਕਰਨ ਹੀ ਨਹੀਂ ਦਿੰਦੇ, ਉਹ ਆਪਾਂ ਨੂੰ ਨਹੀਂ ਪਤਾ ਲੱਗਦਾ, ਜਾਂ ਜੇ ਤੁਸੀਂ ਉਸ ਚੀਜ਼ ਨੂੰ ਘੋਖਦੇ ਨਹੀਂ, ਵਿਚਾਰਦੇ ਨਹੀਂ, ਉਹ ਐਕਚੁਅਲੀ ਇੱਕ ਤਰ੍ਹਾਂ ਦਾ ਪਿੰਚ ਹੋ ਜਾਂਦਾ, ਹੈ ਨਾ, ਕਿਉਂਕਿ ਤੁਸੀਂ ਆਪਣੀ ਜਿਹੜੀ ਤੁਹਾਡਾ ਪਿਆਰ ਜਿਸ 'ਚ ਤੁਹਾਨੂੰ ਬਹੁਤ ਮਜ਼ਾ ਆਉਂਦਾ ਸੀ ਕੁਛ ਕਰਕੇ, ਰਾਈਟ, ਬਹੁਤ ਵਧੀਆ ਫੀਲ ਕਰਦੇ ਸੀ, ਉਹਨੂੰ ਦਬਾ ਦਿੱਤਾ ਗਿਆ, ਉਹ ਹੁਣ ਦਰਦ ਬਣ ਕੇ ਨਿਕਲੇਗਾ ਅਤੇ ਜਦੋਂ ਵੱਡੇ ਹੋਵੋਗੇ ਤੁਸੀਂ ਉਸ ਦਰਦ ਦੀਆਂ ਕੋਪਿੰਗ ਸਟ੍ਰੈਟਜੀਜ਼ ਜਿਹੜੀਆਂ ਨੇ, ਹਾਂਜੀ, ਉਹ ਕਈ ਵਾਰੀ ਗਲਤ ਹੋਣਗੀਆਂ, ਗਲਤ ਹੋਣਗੀਆਂ, ਰਾਈਟ, ਉਹਦੇ 'ਚ ਡਰਿੰਕਿੰਗ ਆ ਜਾਂਦੀ ਆ, ਉਹਦੇ 'ਚ ਡਰੱਗਸ ਆ ਜਾਂਦੀਆਂ, ਸਮੋਕਿੰਗ ਆ ਜਾਂਦੀ ਆ, ਇਸ ਤਰ੍ਹਾਂ ਬਹੁਤ ਕੁਛ ਆ ਜਾਂਦਾ। ਸੋ ਇਸ ਕਰਕੇ ਆਪਾਂ ਇਹ ਦੇਖਿਆ ਜਾ ਸਕਦਾ ਕਿ ਜਿੰਨੇ ਵੀ ਬੱਚੇ ਜਿੱਦਾਂ ਹੁਣ ਜਿਹਨਾਂ ਦੀ ਸੈਲਫ ਇਸਟੀਮ ਲੋ ਹੈ, ਹਾਂਜੀ, ਤਕਰੀਬਨ ਉਹ ਜਾਂ ਤਾਂ ਰਿਸਕੀ ਬਿਹੇਵੀਅਰ 'ਚ ਹੋਣਗੇ ਕਿਉਂਕਿ ਉਹ ਹੁਣ ਐਕਸਪੈਰੀਮੈਂਟ ਕਰਨਾ ਚਾਹੁੰਦੇ ਆ ਜਦੋਂ 16 ਸਾਲਾਂ ਤੋਂ ਵੱਡੇ ਹੋ ਗਏ, ਰਾਈਟ। ਸੋ ਇਸ ਕਰਕੇ ਇਹ ਸਕਿੱਲਸ ਜਿਹੜੀਆਂ ਨੇ ਪਹਿਲਾਂ ਹੀ ਪੇਰੈਂਟਸ ਬੱਚਿਆਂ ਨੂੰ ਦੇ ਦੇਣ ਤਾਂ ਵਧੀਆ ਨੇ, ਅਤੇ ਵਧੀਆ, ਪਹਿਲਾਂ ਹੀ ਮੌਕਾ ਦੇ ਦੇਣ ਥੋੜ੍ਹੀਆਂ ਗਲਤੀਆਂ ਕਰਨ ਦਾ ਤਾਂ ਵਧੀਆ। ਜਦੋਂ ਛੋਟੇ ਨੇ ਐਕਚੁਅਲੀ ਕਿਉਰਿਓਸਿਟੀ ਨੂੰ ਜਦੋਂ ਆਪਾਂ ਤਾਲਾ ਮਾਰ ਕੇ ਪਾਸੇ ਰੱਖ ਦਿੰਦੇ ਹਾਂ ਨਾ, ਦੈਟ ਇਜ਼ ਵਨ ਆਫ ਦ ਗ੍ਰੇਵੈਸਟ ਮਿਸਟੇਕਸ, ਕਿ ਕਿਉਰਿਓਸਿਟੀ ਨੂੰ ਐਕਸਪਲੋਰ ਕਰਨ ਦਿੰਦੇ। ਬੱਚਿਆਂ ਦਾ ਦੂਸਰਾ ਨਾਮ ਹੀ ਕਿਉਰਿਓਸਿਟੀ ਹੈ, ਰਾਈਟ, ਰਾਈਟ। ਸੋ ਜੇ ਕੋਈ ਸਵਾਲ ਪੁੱਛਦੇ ਆ ਜਵਾਬ ਦਿਓ, ਜੇ ਕੁਛ ਇਮੈਜੀਨੇਟਿਵ ਗੱਲਾਂ ਕਰਦੇ ਆ ਉਹਨਾਂ ਨਾਲ ਪਾਰਟੀਸਪੇਟ ਕਰੋ, ਉਹਨਾਂ ਨੂੰ ਐਕਸਪਲੋਰ ਕਰਨ ਦਿਓ ਆਪਣੀ ਕਿਉਰਿਓਸਿਟੀ, ਅਤੇ ਜੇ ਨਹੀਂ ਆ ਤਾਂ ਉਹਨਾਂ ਨੂੰ ਕਹਿ ਦਿਓ ਵੀ ਕੋਈ ਨਹੀਂ, ਅਸੀਂ ਤੁਹਾਨੂੰ ਦੱਸਾਂਗੇ ਵੀ ਗੱਲ ਸਾਨੂੰ ਨਹੀਂ ਪਤਾ ਉਹਦੇ 'ਚ, ਨਾ ਕਹਿਣ 'ਚ, ਬਿਲਕੁਲ ਨਹੀਂ ਪਤਾ ਕਹਿਣ 'ਚ, ਕੋਈ ਇਹਦੇ 'ਚ ਕੋਈ ਹਰਜ ਨਹੀਂ ਹੈ, ਬਿਲਕੁਲ, ਹੈ ਨਾ। ਸੋ ਇਸ ਕਰਕੇ ਜਿਹੜੀ ਅੱਜ ਦੀ ਆਪਣੀ ਇਹ ਗੱਲ ਸੈਲਫ ਇਸਟੀਮ ਐਂਡ ਸੈਲਫ ਕੌਨਫੀਡੈਂਸ 'ਤੇ ਸੀਗੀ, ਰਾਈਟ, ਅਗੇਨ ਇਹ ਸਾਡੀਆਂ ਜਿਹੜੀਆਂ ਆਪਾਂ ਪਹਿਲੀਆਂ ਗੱਲਾਂ ਕੀਤੀਆਂ ਨੇ, ਹਾਂਜੀ, ਰਾਈਟ,
ਉਹਨਾਂ ਦਾ ਅਸਰ ਜਿਹੜਾ ਹੈਗਾ ਆ, ਜੇ ਲੋ ਸੈਲਫ ਇਸਟੀਮ ਲੋ ਕੋਨਫੀਡੈਂਸ ਹੋਏਗਾ ਉਹਨਾਂ ਦਾ ਅਕੈਡੈਮਿਕਸ ਤੇ ਵੀ ਅਸਰ ਹੋਏਗਾ ਤੇ ਉਹਨਾਂ ਦਾ ਸੈਲਫ ਇਮੇਜ ਤੇ ਵੀ, ਬਾਡੀ ਇਮੇਜ ਤੇ ਵੀ ਅਸਰ ਹੋਏਗਾ, ਰਾਈਟ? ਰਿਲੇਸ਼ਨਸ਼ਿਪ ਬਿਲਡਿੰਗ ਨਹੀਂ ਹੋ ਪਾਊਗੀ, ਬਿਲਕੁਲ, ਰਾਈਟ? ਸੋ ਇਸ ਕਰਕੇ ਇਹ ਜਿਹੜੀਆਂ ਸਾਰੀਆਂ ਸਕਿੱਲਸ ਨੇ, ਇਹ ਬਿਲਡਿੰਗ ਬਲੋਕਸ ਨੇ, ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਹਨਾਂ ਨੂੰ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਹੁਣ ਤੋਂ ਹੀ ਉਹਨਾਂ ਨੂੰ ਆਜ਼ਾਦੀ ਦਿਓਗੇ ਤਾਂ ਕਿ ਉਹ ਸਿੱਖ ਸਕਣ ਕਿ ਜਿੰਨਾ ਜ਼ਿਆਦਾ ਗਲਤੀਆਂ ਕਰਕੇ ਉਹ ਆਪ ਸਿੱਖਣਗੇ, ਜਲਦੀ ਸਿੱਖਣਗੇ, ਉਨਾ ਹੀ ਉਹਨਾਂ ਨੂੰ ਫਾਇਦਾ ਹੋਏਗਾ। ਸੋ ਕਮਲ, ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਆਪਣਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਹਾਂਜੀ, ਅਤੇ ਆਉਣ ਵਾਲੇ ਜਿਹੜਾ ਸੈਸ਼ਨ ਹੈਗਾ ਆ ਉਹਦੇ ਵਿੱਚ ਆਪਾਂ ਇਹ ਦੋ ਸਕਿੱਲਸ ਜਿਹੜੀਆਂ ਹੈਗੀਆਂ ਨੇ ਉਹ ਹੋਰ ਐਡ ਕਰਾਂਗੇ। ਹਾਂਜੀ, ਲੇਕਿਨ ਤੁਸੀਂ ਅਖੀਰ ਵਿੱਚ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਮੈਂ ਇਹੀ ਕਹਿਣਾ ਚਾਹੂੰਗੀ ਰੀਨਾ ਕਿ ਆਪਣੇ ਬੱਚਿਆਂ ਨੂੰ ਮੌਕਾ ਦਿਓ, ਜੇ ਉਹ ਕੁਛ ਟਰਾਈ ਕਰਨਾ ਚਾਹੁੰਦੇ ਆ, ਜਿਵੇਂ ਉਹਨਾਂ ਨੇ ਪੇਂਟਿੰਗ ਦੀ ਐਗਜ਼ਾਮਪਲ ਦਿੱਤੀ, ਯੂ ਨੈਵਰ ਨੋ ਕਿ ਬੱਚੇ ਦੇ ਅੰਦਰ ਕੀ ਟੈਲੈਂਟ ਭਰਿਆ ਹੋਇਆ, ਬਟ ਜਦੋਂ ਤੱਕ ਉਹਨੂੰ ਇੱਕ ਦਰਵਾਜ਼ਾ ਨਹੀਂ ਮਿਲੂਗਾ ਬਾਹਰ ਨਿਕਲਣ ਦਾ, ਦੇ ਵਿਲ ਨੈਵਰ ਬੀ ਏਬਲ ਟੂ ਨੋ ਵਟ ਦੇ ਆਰ ਗੁੱਡ ਐਟ। ਸੋ ਉਹਨਾਂ ਨੂੰ ਇੱਕ ਮੌਕਾ ਦਿਓ, ਉਹਨਾਂ 'ਚ ਕੋਨਫੀਡੈਂਸ ਰੱਖੋ, ਫੇਥ ਰੱਖੋ, ਐਂਡ ਟਰੱਸਟ ਮੀ, ਤੁਸੀਂ ਨਿਰਾਸ਼ ਨਹੀਂ ਹੋਵੋਗੇ। ਬਿਲਕੁਲ ਕਮਲ, ਕਿਉਂਕਿ ਜਿਹੜੀ ਜ਼ਿੰਦਗੀ ਜਿਹੜੀ ਹੈਗੀ ਹੈ, ਰਾਈਟ, ਉਹ ਵਧੀਆ ਉਦੋਂ ਹੀ ਲੱਗਦੀ ਹੈ, ਉਦੋਂ ਹੀ ਆਪਾਂ ਵਧੀਆ ਮਹਿਸੂਸ ਕਰਦੇ ਹਾਂ ਕਿ ਜਦੋਂ ਆਪਾਂ ਉਹ ਕੰਮ ਕਰੀਏ ਜਿਹਦੇ 'ਚ ਆਪਾਂ ਪੈਸ਼ਨੇਟ ਹੋਈਏ, ਜਿਹਦਾ ਆਪਾਂ ਨੂੰ ਬੁਖਾਰ ਚੜਿਆ ਹੋਵੇ, ਰਾਈਟ? ਤੇ ਜਦੋਂ ਕੋਈ ਬੱਚੇ ਨੂੰ ਉਸ ਚੀਜ਼ ਦਾ ਛੋਟੀ ਉਮਰ 'ਚ ਬੁਖਾਰ ਚੜਿਆ ਹੋਵੇ ਤੇ ਉਹਨੂੰ ਦਬਾਉਣਾ ਨਹੀਂ ਚਾਹੀਦਾ, ਬਿਲਕੁਲ, ਉਹਨੂੰ ਉਸ ਬੁਖਾਰ ਨੂੰ ਨਿਕਲਣ ਦੇਣਾ ਚਾਹੀਦਾ ਤਾਂ ਕਿ ਉਹ ਵਧੀਆ ਜਿਹੜਾ ਇਨਸਾਨ ਬਣ ਕੇ ਨਾ ਉਹ ਨਿਕਲ ਸਕੇ। ਸੋ ਆਸ ਹੈ ਕਿ ਜਿਹੜੀ ਸਾਡੀਆਂ ਇਹ ਸੀਰੀਜ਼ ਨੇ ਇਹਨਾਂ ਨਾਲ ਤੁਹਾਨੂੰ ਕੁਛ ਫਾਇਦਾ ਹੋਇਆ ਹੋਵੇਗਾ, ਹੁੰਦਾ ਵੀ ਹੋਏਗਾ। ਅਗਲੇ ਹਫਤੇ ਤੱਕ ਸਾਨੂੰ ਇਜਾਜ਼ਤ ਦਿਓ, ਅਗਲੇ ਹਫਤੇ ਦੋ ਹੋਰ ਨਵੀਆਂ ਸਕਿੱਲਸ ਲੈ ਕੇ ਆਵਾਂਗੇ। ਤਦ ਤੱਕ ਲਈ ਸਾਡੇ ਦੋਨਾਂ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ।